ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੂਮਨਸ ਡੇ ਲਈ ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਵਿਸ਼ ਕਰਨਾ ਚਾਹੂੰਗੀ ਹੈਪੀ ਵੂਮਨਸ ਡੇ, ਹੈਪੀ ਵੂਮਨਸ ਡੇ ਅਤੇ ਨਾਲ ਹੈਪੀ ਸ਼ਿਵਰਾਤਰੀ। ਠੀਕ ਹੈ, ਆਪ ਲੋਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਇੱਦਾਂ ਲੱਗ ਰਿਹਾ ਹੋਣਾ ਕਿ ਆ ਕੌਣ ਬੈਠ ਗਈ, ਕਿਆ ਤੁਸੀਂ ਮੈਨੂੰ ਪਹਿਚਾਣਦੇ ਹੋ, ਕਿ ਤੁਸੀਂ ਮੈਨੂੰ ਜਾਣਦੇ ਹੋ। ਸਭ ਤੋਂ ਪਹਿਲੇ ਤਾਂ ਮੈਂ ਇਹ ਜਾਣਨਾ ਚਾਹੂੰਗੀ ਜੇ ਤੁਸੀਂ ਮੈਨੂੰ ਜਾਣਦੇ ਤਾਂ ਮੈਂ ਕੌਣ ਹਾਂ। ਅੱਜ ਵੂਮਨਸ ਡੇ ਲਈ ਆਪਾਂ ਸਾਰੇ ਕੇ ਸਾਰੇ ਜੁੜ ਰਹੇ ਹਾਂ ਕਿਉਂਕਿ ਆਪਾਂ ਚਾਹੁੰਦੇ ਹਾਂ ਵੂਮਨ ਦੀ ਹੈਲਥ ਅੱਛੀ ਹੋਏ, ਵੂਮਨਸ ਸਟਰੋਂਗ ਬਣੇ, ਸਾਰੀ ਦੁਨੀਆ ਨਾਲ ਜੁੜੇ। ਹਾਏ ਹਾਏ ਦੀਦੀ, ਹਾਏ ਕਿਰਨ ਦੀਦੀ, ਭਾਬੀ ਹੈ ਮੈਮ ਦੀ। ਜੀ ਹਾਂ, ਬਿਲਕੁਲ ਸਹੀ ਜਵਾਬ, ਮੈਂ ਗੁਰਲੀਨ ਮੈਮ ਦੀ ਭਾਬੀ ਹਾਂ। ਠੀਕ ਹੈ, ਮੈਂ ਉਹਨਾਂ ਦੀ ਵਿਆਹ ਸਿਸਟਰ ਇਨ ਲਾਅ। ਓਕੇ, ਤਾਂ ਕਾਫੀ ਲੋਕ ਮੈਨੂੰ ਜਾਣਦੇ ਨੇ, ਚਲੋ ਅੱਛੀ ਗੱਲ ਹੈ। ਤਾਂ ਅੱਜ ਮੈਂ ਇਸ ਲਈ ਤੁਹਾਡੇ ਸਾਹਮਣੇ ਆਈ ਹਾਂ ਕਿਉਂਕਿ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਆਪਣੀ ਪਰਸਨਲ ਸਟੋਰੀ ਅਤੇ ਨਾਲ ਮੈਂ ਤੁਹਾਨੂੰ ਇਹ ਵੀ ਜਾਗਰੂਕ ਕਰਨਾ ਚਾਹੁੰਦੀ ਹਾਂ ਕਿ ਆਪਾਂ ਆਪਣੀ ਹੈਲਥ ਨੂੰ ਕਿੱਦਾਂ ਸੋਚਦੇ ਨਹੀਂ ਆਪਣੀ ਹੈਲਥ ਲਈ। ਆਪਾਂ ਪਿੱਛੇ ਚਲੇ ਜਾਂਦੇ ਕਿ ਕੋਈ ਗੱਲ ਨਹੀਂ, ਆਪਾਂ ਆਪਣਾ ਬੱਚਾ ਦੇਖ ਲਈਏ, ਆਪਾਂ ਆਪਣੀ ਫੈਮਿਲੀ ਦੇਖ ਲਈਏ, ਆਪਾਂ ਆਪਣਾ ਜੋਬ ਦੇਖ ਲਈਏ, ਬਟ ਆਪਾਂ ਆਪਣੇ ਆਪ ਨੂੰ ਇਗਨੋਰ ਕਰੀ ਜਾਂਦੇ ਹਾਂ। ਤਾਂ ਉਹ ਸਾਰੀ ਇਗਨੋਰੈਂਸ ਨਹੀਂ ਹੋਣੀ ਚਾਹੀਏ। ਤਾਂ ਉਹ ਸਾਰੀ ਇਗਨੋਰੈਂਸ ਲਈ ਮੈਂ ਤੁਹਾਨੂੰ ਆਪਣੀ ਸਟੋਰੀ ਦੱਸਣਾ ਚਾਹੁੰਦੀ ਹਾਂ। ਸਭ ਤੋਂ ਪਹਿਲੇ ਤਾਂ ਆਈ ਹੈਵ ਵਨ ਕੁਸ਼ਚਨ, ਮੈਂ ਚਾਹੁੰਦੀ ਹਾਂ ਕਿ ਲੋਕ ਕੁਸ਼ਚਨ ਨੂੰ ਸੁਣ ਕੇ ਮੈਨੂੰ ਆਨਸਰ ਕਰੇ। ਤੁਹਾਨੂੰ ਸਾਰਿਆਂ ਵਿੱਚ ਕਿਸ ਕਿਸ ਨੂੰ ਇਰੈਗੂਲਰ ਪੀਰੀਅਡਸ ਹੈ, ਕਿਸ ਕਿਸ ਨੂੰ ਡਿਊਰਿੰਗ ਰਿਲੇਸ਼ਨ ਤੁਹਾਨੂੰ ਦਰਦ ਹੁੰਦੀ ਹੈ, ਕਿਹਨੂੰ ਫੇਸ਼ੀਅਲ ਹੇਅਰ ਹੈ, ਜਾਂ ਕਿਹਨੂੰ ਅਬਨੋਰਮਲ ਪੀਰੀਅਡਸ ਹੈ, ਜਾਂ ਫਿਰ ਪੀਰੀਅਡਸ ਆਉਂਦੇ ਹੀ ਨਹੀਂ ਹੈ। ਜੇ ਕਿਸੇ ਨੂੰ ਵੀ ਹੈ ਤਾਂ ਪਲੀਜ਼ ਮੈਨੂੰ ਚੈਟ 'ਚ ਲਿਖੀਏ, ਮੈਂ ਐਕਚੁਲੀ ਦੇਖਣਾ ਚਾਹੁੰਦੀ ਹਾਂ ਕਿਸੇ ਨੂੰ ਇਹ ਪ੍ਰੋਬਲਮ ਚੱਲ ਰਹੀ ਹੈ ਜਾਂ ਕਿਸੇ ਨੂੰ ਵੀ ਨਹੀਂ ਹੈ। ਜੇ ਨਹੀਂ ਹੈ ਤਾਂ ਬਹੁਤ ਹੀ ਵਧੀਆ ਗੱਲ ਹੈ, ਤੁਸੀਂ ਸਾਰੇ ਹੈਲਦੀ ਰਹੋ, ਆਪਾਂ ਇਹੀ ਚਾਹੁੰਦੇ ਹਾਂ। ਮੈਂ ਸਾਰਿਆਂ ਨੂੰ ਹਾਏ ਕਹਿਣਾ ਚਾਹੁੰਦੀ ਹਾਂ, ਜੋ ਵੀ ਵੇਵ ਕਰ ਰਹੇ ਹਾਂ ਹਾਏ ਮੇਰੀ ਤਰਫ ਤੋਂ। ਫੇਸ਼ੀਅਲ ਹੇਅਰ ਹੈ, ਸੁੱਖ ਨੇ ਦੱਸਿਆ ਕਿ ਉਹਨੂੰ ਫੇਸ਼ੀਅਲ ਹੇਅਰ ਹੈ, ਔਰ ਹੋਰ ਵੀ ਦੱਸ ਰਹੇ ਹੈ ਕਿ ਮੈਨੂੰ ਸਾਰੀ ਪ੍ਰੋਬਲਮ ਹੈ, ਮੈਨੂੰ ਪਿਗਮੈਂਟੇਸ਼ਨ ਹੈ। ਓਕੇ, ਦੈਟਸ ਵੈਰੀ ਗੁੱਡ, ਆਪ ਬਤਾ ਰਹੇ ਹੋ। ਮੈਮ ਪੀਰੀਅਡ ਫਲੋ ਥੋੜ੍ਹਾ ਘੱਟ ਹੈ, ਓਕੇ, ਮੈਨੂੰ ਮੈਮ ਫੇਸ਼ੀਅਲ ਹੇਅਰ ਹੈ, ਓਕੇ। ਤਾਂ ਇਹ ਸਾਰੀ ਪ੍ਰੋਬਲਮ ਇਹਦੇ ਨਾਲ ਰਿਲੇਟਿਡ ਹੈ, ਇਹ ਸਾਰੀ ਪ੍ਰੋਬਲਮ ਜਿਹਦੇ ਨਾਲ ਵੀ ਰਿਲੇਟਿਡ ਹੈ, ਇਹ ਤਾਂ ਤੁਹਾਨੂੰ ਮੈਮ ਦੱਸਾਂਗੇ, ਔਰ ਇੱਕ ਸਪੈਸ਼ਲ ਸਪੈਸ਼ਲ ਗੈਸਟ ਨਾਲ ਉਹ ਆਏਗੇ ਤਾਂ ਤੁਹਾਨੂੰ ਸਾਰਾ ਕੁਝ ਐਕਸਪਲੇਨ ਕਰੇਗੇ। ਬਟ ਮੈਂ ਆਪਣੀ ਪ੍ਰੋਬਲਮ ਤੁਹਾਨੂੰ ਦੱਸਣਾ ਚਾਹੂੰਗੀ। ਮੈਨੂੰ ਫਾਈਬਰੋਇਡ ਸੀਗਾ, ਫਾਈਬਰੋਇਡਸ, ਬਟ ਉਹ ਫਾਈਬਰੋਇਡਸ ਕਦ ਡਿਟੈਕਟ ਹੋਇਆ, ਜਦ ਮੇਰੀ ਪ੍ਰੈਗਨੈਂਸੀ ਸੀਗੀ। ਪ੍ਰੈਗਨੈਂਸੀ ਦੇ ਕਾਰਨ ਜਦ ਮੈਨੂੰ ਫਾਈਬਰੋਇਡ ਡਿਟੈਕਟ ਹੋਇਆ ਤਾਂ ਮੈਨੂੰ ਬੜੀ ਟੈਨਸ਼ਨ ਹੋ ਗਈ ਕਿ ਮੈਨੂੰ ਫਾਈਬਰੋਇਡਸ ਹੈ, ਰਸੌਲੀ ਹੈ, ਹੁਣ ਬੱਚਾ ਕਿੱਦਾਂ ਹੋਏਗਾ, ਬੱਚੇ ਨੂੰ ਠੀਕ ਰਹੇਗਾ ਜਾਂ ਕੋਈ ਔਰ ਪ੍ਰੋਬਲਮ ਤਾਂ ਨਹੀਂ ਆ ਜਾਏਗੀ। ਬਟ ਜਿੱਦਾਂ ਜਿੱਦਾਂ ਪ੍ਰੈਗਨੈਂਸੀ ਗਰੋ ਕੀਤੀ ਉਹਦੇ ਨਾਲ ਮੈਨੂੰ ਇੱਕ ਹੋਰ ਪ੍ਰੋਬਲਮ ਜੁੜ ਗਈ ਜੋ ਕਿ ਸੀਗੀ ਗੈਸਟੇਸ਼ਨਲ ਡਾਇਬਟੀਜ਼। ਗੈਸਟੇਸ਼ਨਲ ਡਾਇਬਟੀਜ਼ ਇੱਦਾਂ ਦੀ ਡਾਇਬਟੀਜ਼ ਹੁੰਦੀ ਹੈ ਜੋ ਸਿਰਫ ਪ੍ਰੈਗਨੈਂਸੀ 'ਚ ਹੁੰਦੀ ਹੈ, ਬਟ ਉਹ ਡਾਇਬਟੀਜ਼ ਨਾਲ ਮੇਰੀ ਇੱਦਾਂ ਕੋਈ ਪ੍ਰੋਬਲਮ ਮੈਨੂੰ ਦਿਖ ਨਹੀਂ ਰਹੀ ਸੀ, ਪਰ ਡਾਕਟਰ ਨੇ ਕਿਹਾ ਕਿ ਬੱਚੇ ਲਈ ਵੀ ਇਸ਼ੂ ਹੋਏਗਾ। ਹੁਣ ਮੈਂ ਸਮਝ ਹੀ ਨਹੀਂ ਆਇਆ ਕਿ ਮੈਂ ਕੀ ਕਰਾਂ। ਡਾਕਟਰ ਤਾਂ ਮੈਨੂੰ ਇਹ ਸੁਜੈਸਟ ਕਰਦੇ ਸੀਗੇ ਕਿ ਤੁਸੀਂ ਭਾਰੀ ਚੀਜ਼ ਨਾ ਚੱਕੋ, ਜ਼ਿਆਦਾ ਸਟ੍ਰੈਸ ਨਹੀਂ ਲੈਣਾ ਹੈ ਜਾਂ ਕੁਛ ਨਹੀਂ ਕਰਨਾ ਹੈ। ਯਾ ਤੁਸੀਂ ਕਹਿ ਰਹੇ ਹੋ, ਮਨਦੀਪ ਜੀ ਕਹਿ ਰਹੇ ਕਿ ਉਹਨਾਂ ਦਾ 8 ਸੈਂਟੀਮੀਟਰ ਦਾ ਫਾਈਬਰੋਇਡ ਹੈ ਅਤੇ ਪਿਗਮੈਂਟੇਸ਼ਨ ਹੈ, ਮੇਰਾ 10 ਸੈਂਟੀਮੀਟਰ ਦਾ ਫਾਈਬਰੋਇਡ ਸੀਗਾ ਇੱਕ, ਔਰ ਦੂਜਾ 5 ਸੈਂਟੀਮੀਟਰ ਦਾ ਫਾਈਬਰੋਇਡ। ਇਹ ਸਾਰੀ ਪ੍ਰੋਬਲਮ ਰਿਵਰਸ ਹੋ ਸਕਦੀ ਹੈ, ਪਰ ਸਾਨੂੰ ਕੋਈ ਦੱਸਦਾ ਨਹੀਂ ਹੈ। ਇਹ ਸਾਰੀ ਪ੍ਰੋਬਲਮ ਰਿਵਰਸ, ਮੈਂ ਇਹਦਾ ਲਾਈਵ ਐਗਜ਼ਾਮਪਲ ਹਾਂ ਜਿਹਦੀ ਪ੍ਰੋਬਲਮ ਸਾਰੀ ਰਿਵਰਸ ਹੋਈ ਹੈ। ਹੁਣ ਕਿੱਦਾਂ ਹੋਈ ਹੈ ਇਹ ਵੀ ਸਾਰੀ ਤੁਹਾਨੂੰ ਸਟੋਰੀ ਦੱਸੂਗੀ, ਬਟ ਫਿਲਹਾਲ ਲਈ ਮੈਂ ਜੋ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹ ਇਹ ਹੈ ਕਿ ਸਭ ਤੋਂ ਜ਼ਿਆਦਾ ਇਫੈਕਟਿਵ ਲਾਈਫ ਸਟਾਈਲ ਔਰ ਡਾਇਟ ਹੈ। ਡਾਇਟ ਤੁਸੀਂ ਕਿਹਦੇ ਨਾਲ ਵੀ ਲਓ, ਬਟ ਤੁਹਾਡੀ ਡਾਇਟ ਪ੍ਰੋਪਰ ਫੋਲੋ ਹੋਣੀ ਜ਼ਰੂਰੀ ਹੈ। ਡਾਇਟ ਬਹੁਤ ਜ਼ਿਆਦਾ ਰਿਸਪੋਂਸੀਬਲ ਹੁੰਦੀ ਹੈ। ਮੇਰੀ ਗੈਸਟੇਸ਼ਨਲ ਡਾਇਬਟੀਜ਼ ਸੀ, ਇਹਦੇ ਕਰਕੇ ਵੀ ਮੈਨੂੰ ਡਾਇਟ ਕਰਨੀ ਪਈ, ਪਰ ਉਹ ਸਾਰੀ ਡਾਇਟ ਦੀਦੀ ਨੇ ਮੈਨੂੰ ਇਤਨੀ ਚੰਗੀ ਤਰ੍ਹਾਂ 'ਤੇ ਐਕਸਪਲੇਨ ਕੀਤੀ, ਔਰ ਹਰ ਚੀਜ਼, ਪ੍ਰੋਟੀਨ, ਕਾਰਬਸ, ਵਿਟਾਮਿਨਸ, ਹਰ ਚੀਜ਼ ਮੇਰੀ ਡਾਇਟ 'ਚ ਇੰਕਲੂਡ ਕੀਤਾ, ਜਿਹਦੇ ਨਾਲ ਮੇਰੀ ਪ੍ਰੈਗਨੈਂਸੀ ਬਿਲਕੁਲ ਨੋਰਮਲ ਚਲੀ ਗਈ, ਔਰ ਬੇਬੀ ਇੰਨਾ ਹੈਲਦੀ ਪੈਦਾ ਹੋਇਆ, ਬੇਬੀ ਵੀ ਠੀਕ ਹੈ, ਮੈਂ ਵੀ ਠੀਕ ਹਾਂ, ਸਾਰਾ ਕੁਝ ਸਹੀ ਹੈ। ਪਰ ਕਿਉਂ? ਕਿਉਂਕਿ ਮੇਰੀ ਡਾਇਟ ਚੰਗੀ ਸੀਗੀ।
ਤਾਂ ਉਹੀ ਚੀਜ਼ ਤੁਹਾਡੇ ਲਈ ਵੀ ਜ਼ਰੂਰੀ ਹੈ ਕਿ ਤੁਸੀਂ ਆਪਣੀ ਡਾਇਟ ਚੰਗੀ ਰੱਖੋ। ਤੋ ਡਾਇਟ ਲਈ ਤਾਂ ਮੈਂ ਕਹਿੰਦੀ ਹਾਂ ਕਿ ਮੈਂ ਜੋ ਹੈ ਪਰਫੈਕਟ ਇਗਜ਼ਾਮਪਲ ਦੇ ਸਕਦੀ ਹਾਂ ਕਿ ਮੇਰੀ ਖੁਦ ਦੀ ਡਾਇਟ ਠੀਕ ਹੋਈ ਹੈ। ਇੱਦਾਂ ਨਹੀਂ ਹੈ ਸਿਰਫ ਮੈਂ ਹੀ ਠੀਕ ਹੋਈ ਹਾਂ, ਮੇਰੀ ਬਹੁਤ ਸਾਰੀ ਕਜ਼ਨਸ ਠੀਕ ਹੋਈ ਹੈ, ਮੇਰੀ ਬਹੁਤ ਸਾਰੇ ਫਰੈਂਡਸ ਠੀਕ ਹੋਏ ਹੈ, ਜੋ ਲੋਕ ਕੰਸੀਵ ਨਹੀਂ ਕਰ ਪਾ ਰਹੇ ਸੀਗੇ ਉਹ ਵੀ ਕੰਸੀਵ ਹੋਏ ਹੈ, ਜੋ ਲੋਕਾਂ ਦਾ ਥਾਇਰਾਇਡ ਸੀਗਾ ਉਹਨਾਂ ਦਾ ਥਾਇਰਾਇਡ ਵੀ ਘੱਟ ਗਿਆ, ਬਿਲਕੁਲ ਥਾਇਰਾਇਡ ਦੀ ਦਵਾਈ ਵੀ ਛੁੱਟ ਗਈ। ਉਹਦੇ ਇਲਾਵਾ ਬਹੁਤ ਸਾਰੇ ਲੋਕ ਇੱਦਾਂ ਹੈ ਜੋ ਬਿਲਕੁਲ ਠੀਕ ਹੋ ਗਏ ਹੈ, ਜਿਹਨਾਂ ਦੀ ਹਾਰਟ ਦੀ ਪ੍ਰੋਬਲਮ ਸੀਗੀ, ਜਿਹਨਾਂ ਦੇ ਘੁਟਨੇ ਨਹੀਂ ਚੱਲਦੇ ਸੀਗੇ, ਪਿਗਮੈਂਟੇਸ਼ਨ ਸੀਗੀ, ਸਾਰਾ ਕੁਛ ਕਿਉਰ ਹੋਇਆ, ਬਟ ਕਿਹਦੇ ਨਾਲ, ਸਿਰਫ ਡਾਇਟ ਨਾਲ। ਚਲੋ ਡਾਇਟ ਦੇ ਬਾਰੇ ਤਾਂ ਤੁਹਾਨੂੰ ਮੈਂ ਵੀ ਦੱਸਾਂਗੀ ਕਿਉਂਕਿ ਉਹੀ ਪ੍ਰੋਪਰ ਐਗਜ਼ਾਮਪਲ ਹੈ ਜੋ ਡਾਇਟ ਦੇ ਬਾਰੇ ਦੱਸ ਸਕਦੇ ਹਾਂ, ਉਹਦਾ ਮੈਂ ਪ੍ਰੋਪਰ ਐਗਜ਼ਾਮਪਲ ਨਹੀਂ ਹਾਂ। ਤੋ ਮੈਂ ਜ਼ਿਆਦਾ ਨਾ, ਅੱਛਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਹਾਂ। ਤੁਸੀਂ ਸਾਰੇ ਮੈਮ ਨੂੰ ਜਾਣਦੇ ਹੋ, ਤੁਸੀਂ ਦੇਖਦੇ ਹੋ ਕਿ ਉਹ ਆਉਂਦੇ ਹੈ, ਲਾਈਵ ਆਉਂਦੇ ਹੈ, ਤੁਹਾਡੇ ਨਾਲ ਕਨੈਕਟ ਕਰਦੇ ਹੈ, ਤੁਹਾਨੂੰ ਪੁੱਛਦੇ ਹੈ, ਬਟ ਤੁਸੀਂ ਉਹਨਾਂ ਨੂੰ ਇੰਟਰਨਲੀ ਨਹੀਂ ਦੇਖਦੇ। ਮੈਂ ਇੰਟਰਨਲੀ ਦੇਖਦੀ ਹਾਂ। ਤੁਹਾਨੂੰ ਪਤਾ ਹੈ ਇਹ ਕੀ ਹੈ? ਇਹ ਤੁਹਾਡੀ ਮੈਮ ਦੀ ਨੋਟਬੁੱਕ ਹੈ, ਜਿਸ ਨੋਟਬੁੱਕ 'ਚ ਇੰਨੇ ਸਾਰੇ ਕੇਸ ਲਿਖੇ ਹੈ, ਇੰਨੀ ਸਾਰੀ ਚੀਜ਼ਾਂ ਲਿਖੀ ਹੈ ਕਿ ਕਈ ਵਾਰ ਦੇਖ ਕੇ ਮੈਨੂੰ ਵੀ ਰੋਣਾ ਆ ਜਾਂਦਾ ਹੈ ਕਿ ਲੋਕਾਂ ਨੂੰ ਕਿੰਨੀ ਕਿੰਨੀ ਪ੍ਰੋਬਲਮਸ ਹੈ। ਔਰ ਉਹ ਸਾਰਾ ਦਿਨ ਬੈਠੇ ਰਹਿੰਦੇ ਹੈ, ਸਾਰਾ ਦਿਨ ਬੈਠੇ ਰਹਿਣਗੇ, ਪਾਠ ਕਰੇਂਗੇ, ਪੂਜਾ ਕਰੇਂਗੇ ਕਿ ਜਿੰਨੇ ਵੀ ਲੋਕ ਮੇਰੇ ਕੋਲ ਆਉਂਦੇ ਆ ਕਿਉਰ ਹੋ ਜਾਏ। ਉਹ ਸਵੇਰੇ 4 ਵਜੇ ਉੱਠ ਜਾਂਦੇ ਹੈ, ਰਾਤੀ ਵੀ ਪਾਠ ਕਰਦੇ ਹੈ, ਦਿਨੇ ਵੀ ਪਾਠ ਕਰਦੇ ਹੈ, ਨਾਲੇ ਤੁਹਾਡੀ ਡਾਇਟ ਬਣਾਉਂਦੇ ਹੈ। ਉਸ ਇਹ ਸੋਚ ਕੇ ਨਹੀਂ ਆਉਂਦੇ ਕਿ ਮੈਂ ਡਾਇਟ ਬਣਾਉਂਗੀ ਜਾਂ ਕੁਛ ਔਰ ਹੋਏਗਾ, ਉਹ ਇਹ ਸੋਚਦੇ ਹੈ ਹਮੇਸ਼ਾ ਡਾਇਟ ਬਣਾਉਣ ਤੋਂ ਪਹਿਲੇ ਵੀ ਪਾਠ ਕਰਦੇ ਹੈ ਕਿ ਜੋ ਵੀ ਬੰਦਾ ਹੈ ਜਿਹਦੀ ਮੈਂ ਡਾਇਟ ਬਣਾਉਣ ਜਾ ਰਹੀ ਹਾਂ ਉਹਦੀ ਲਾਈਫ ਅੱਛੀ ਹੋ, ਖੁਸ਼ ਰਹੇ ਔਰ ਨਾਲੇ ਠੀਕ ਹੋ ਜਾਏ, ਔਰ ਰੱਬ ਦੀ ਸਾਰੀ ਅਰਦਾਸਾਂ ਪੂਰੀ ਹੁੰਦੀ ਹੈ। ਤਾਂ ਮੈਂ ਤੁਹਾਨੂੰ ਇਹੀ ਕਹੂੰਗੀ ਕਿ ਡਾਇਟ ਤੁਸੀਂ ਜਿਹਦੇ ਨਾਲ ਵੀ ਲਓ, ਪਰ ਵਿਸ਼ਵਾਸ ਕਰੋ ਔਰ ਪਾਠ ਕਰੋ, ਠੀਕ ਹੈ? ਔਰ ਅਬ ਮੈਂ ਜ਼ਿਆਦਾ ਟਾਈਮ ਨਾ ਲੂੰਗੀ, ਪਹਿਲੇ ਮੈਨੂੰ ਇੱਕ ਚੀਜ਼ ਦੱਸੋ। ਅੱਜ ਮੈਂ ਤੁਹਾਨੂੰ ਤੋਂ ਇੱਕ ਕੁਸ਼ਚਨ ਪੁੱਛਣਾ ਚਾਹੁੰਦੀ ਹਾਂ, ਕੋਈ ਇੱਦਾਂ ਦਾ ਕੁਸ਼ਚਨ ਪੁੱਛੋ, ਕੋਈ ਵੀ ਚੀਜ਼, ਕੋਈ ਵੀ ਪ੍ਰੋਬਲਮ, ਕੋਈ ਇੱਦਾਂ ਦਾ ਕੁਸ਼ਚਨ ਪੁੱਛੋ ਜੋ ਅੱਜ ਤੱਕ ਨਹੀਂ ਪੁੱਛਿਆ ਗਿਆ। ਜੋ ਬੰਦਾ ਇਹ ਕੁਸ਼ਚਨ ਪੁੱਛੇਗਾ ਮੈਂ ਉਹਨੂੰ ਲਾਈਵ ਲੂੰਗੀ ਦੀਦੀ ਨਾਲ। ਚਲੋ ਦੇਖਦੇ ਹਾਂ ਕਿਹਦਾ ਕੁਸ਼ਚਨ ਬੈਸਟ ਹੋਏਗਾ, ਕੌਣ ਅੱਜ ਲਾਈਵ ਆਉਣਾ ਚਾਹੁੰਦਾ ਹੈ। ਮੈਨੂੰ ਤਾਂ ਕੁਸ਼ਚਨ ਹੀ ਨਹੀਂ ਦਿਖ ਰਹੇ, ਮੈਨੂੰ ਲੱਗਦਾ ਅੱਜ ਲਾਈਵ ਹੀ ਨਹੀਂ ਆਉਣਾ ਕਿਸੇ ਨੇ ਵੀ। ਚਲੋ ਦੇਖਦੇ ਹਾਂ, ਫੇਸ਼ੀਅਲ ਹੇਅਰ, ਪਿਗਮੈਂਟੇਸ਼ਨ, ਲਾਈਫ। ਓਕੇ, ਦੈਟਸ ਅ ਵੈਰੀ ਗੁੱਡ ਕੁਸ਼ਚਨ। ਹਮਾਰੀ ਲਾਈਫ ਮੇ ਕਿਆ ਏਮ ਹੋਣਾ ਚਾਹੀਏ, ਦੇਖਦੇ ਹਾਂ। ਇਹ ਤੋਂ ਵੀ ਅੱਛਾ ਕੋਈ ਕੁਸ਼ਚਨ ਆਉਂਦਾ ਹੈ, ਪਲੀਜ਼ ਮੇਰੀ ਪ੍ਰੋਬਲਮ ਕਿਉਰ ਹੋ ਸਕਦੀ ਹੈ। ਜ਼ਰੂਰ ਤੁਹਾਡੀ ਜੋ ਵੀ ਪ੍ਰੋਬਲਮ ਹੈ ਕਿਉਰ ਹੋ ਸਕਦੀ ਹੈ, ਪਰ ਤੁਹਾਨੂੰ ਆਪਣੀ ਪ੍ਰੋਬਲਮ ਦੱਸਣੀ ਪਏਗੀ। ਮੈਮ ਮੈਮ ਪਿਗਮੈਂਟੇਸ਼ਨ ਦੇ ਬਾਰੇ ਕੁਛ ਦੱਸੋ। ਓਕੇ, ਪਿਗਮੈਂਟੇਸ਼ਨ ਦੇ ਬਾਰੇ ਤਾਂ ਮੈਮ ਹੀ ਦੱਸੇਂਗੇ, ਉਹੀ ਐਪਰੋਪ੍ਰੀਏਟ ਪਰਸਨ ਹੈ। ਪਰ ਮੈਨੂੰ ਇਹ ਕੁਸ਼ਚਨ ਬਹੁਤ ਅੱਛਾ ਲੱਗਾ, ਕ੍ਰਿਸ਼ਨਾ ਐਂਡ ਭਗਤੀ ਜੀ ਨੇ ਜੋ ਕੁਸ਼ਚਨ ਪੁੱਛਿਆ, ਹਮਾਰੀ ਲਾਈਫ ਕਾ ਮੇਨ ਏਮ ਕਿਆ ਹੋਣਾ ਚਾਹੀਏ। ਦੈਟਸ ਅ ਵੈਰੀ ਗੁੱਡ ਕੁਸ਼ਚਨ, ਕਿਉਂਕਿ ਬਹੁਤ ਸਾਰੇ ਲੋਕ ਇੱਦਾਂ ਦੇ ਹੈ ਜੋ ਲਾਈਫ 'ਚ ਕੋਈ ਏਮ ਹੀ ਨਹੀਂ ਰੱਖਦੇ, ਉਹਨਾਂ ਦੀ ਲਾਈਫ ਚਲੀ ਜਾ ਰਹੀ ਹੈ, ਪੋਜ਼ਿਟਿਵ ਹੋ ਰਹੇ। ਪੋਜ਼ਿਟਿਵ ਰੱਖੋ, ਏਮ ਰੱਖੋ, ਬਹੁਤ ਜ਼ਰੂਰੀ ਹੈ। ਅਬ ਆਪਾਂ ਜ਼ਿਆਦਾ ਸਮੇਂ ਨਹੀਂ ਲੈਂਗੇ, ਆਪਾਂ ਕ੍ਰਿਸ਼ਨਾ ਭਗਤੀ ਜੀ ਨੂੰ ਲਾਈਵ ਜ਼ਰੂਰ ਲੈਂਗੇ, ਪਰ ਪਹਿਲੇ ਮੈਮ ਨੂੰ ਲਾਈਵ ਲੈ ਲੈਂਦੇ ਹਾਂ। ਤਾਂ ਪਲੀਜ਼ ਵੈਲਕਮ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੈਪੀ ਵੂਮੈਨਸ ਡੇ ਔਨ ਯੂਟਿਊਬ ਐਂਡ ਔਨ ਇੰਸਟਾਗ੍ਰਾਮ। ਸੋ ਬਹੁਤ ਅੱਛਾ ਬੋਲੇ ਕਨਿਕਾ ਤੁਸੀਂ, ਕਨਿਕਾ ਦਾ ਫਸਟ ਟਾਈਮ ਸੀਗਾ ਕੱਲੀ ਦਾ ਲਾਈਵ, ਐਂਡ ਆਈ ਵਾਸ ਨੋਟ ਫੀਲਿੰਗ ਵੈਲ, ਮੇਰਾ ਮੈਨੂੰ ਫੀਵਰ ਵੀ ਸੀਗਾ, ਐਂਡ ਤੁਸੀਂ ਮੇਰੇ ਫੇਸ ਤੋਂ ਵੀ ਜੱਜ ਕਰ ਸਕਦੇ ਹੋ, ਜ਼ੁਕਾਮ ਵੀ ਹੈ ਐਂਡ ਗਲਾ ਵੀ ਖਰਾਬ ਹੈ। ਬਟ ਫਿਰ ਮੈਂ ਕਨਿਕਾ ਨੂੰ ਕਿਹਾ ਕਿ ਤੁਸੀਂ ਜਾਓ ਅੱਜ ਲਾਈਵ ਸਭ ਤੋਂ ਪਹਿਲਾਂ, ਔਰ ਫਿਰ ਉਸ ਤੋਂ ਬਾਅਦ ਤਾਂ ਮੈਂ ਆਵਾਂਗੀ। ਐਂਡ ਸਾਰੀਆਂ ਦੇਖਣ ਵਾਲੀਆਂ ਭੈਣਾਂ ਨੂੰ ਵੁਮੈਨਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ, ਐਂਡ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਔਰਤ ਜਿਹੜੀ ਹੁੰਦੀ ਹੈ ਨਾ, ਔਰਤ ਬੜੇ ਤਰ੍ਹਾਂ ਦੇ ਰੋਲ ਪਲੇਅ ਕਰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ। ਕਦੇ ਉਹ ਮਾਂ ਬਣਦੀ ਹੈ, ਕਦੇ ਵਾਈਫ ਬਣਦੀ ਹੈ, ਕਦੇ ਭੈਣ ਬਣਦੀ ਹੈ, ਕਦੇ ਬੇਟੀ ਬਣਦੀ ਹੈ। ਔਰਤ ਨੂੰ ਰੱਬ ਨੇ ਬਹੁਤ ਵਧੀਆ ਚੀਜ਼ ਨਾਲ ਨਵਾਜ਼ਿਆ। ਕਹਿੰਦੇ ਜਦੋਂ ਇਹ ਪੂਰੀ ਕਾਇਨਾਤ ਬਣੀ ਸੀ ਨਾ, ਤੇ ਅੱਲਾਹ ਤਾਲਾ ਨੇ ਜਿਹੜੀ ਸਭ ਤੋਂ ਖੂਬਸੂਰਤ ਚੀਜ਼ ਬਣਾਈ ਸੀਗੀ ਉਹ ਸੀਗੀ ਔਰਤ।
ਤੇ ਜਦੋਂ ਔਰਤ ਦੁਨੀਆ ਤੇ ਆਈ ਉਸ ਤੋਂ ਬਾਅਦ ਉਹਨੇ ਇਹ ਦੁਨੀਆ ਰਚੀ। ਰਿਸ਼ੀ ਮੁਨੀ ਵੱਡੇ ਵੱਡੇ ਜਿੰਨੇ ਵੀ ਦੇਵਤੇ ਪੈਦਾ ਹੋਏ ਆ ਸਾਰੇ ਇੱਕ ਔਰਤ ਨੇ ਪੈਦਾ ਕੀਤੇ ਆ। ਸਾਡੇ ਸਮਾਜ ਵਿੱਚ ਔਰਤ ਨੂੰ ਬਹੁਤ ਵੱਡਾ ਦਰਜਾ ਦਿੱਤਾ ਗਿਆ ਸਾਡੇ ਗੁਰੂਆਂ ਨੇ, ਈਵਨ ਕਿ ਮਾਤਾ ਜਿਵੇਂ ਲਕਸ਼ਮੀ ਮਾਤਾ ਕਹਿ ਲਓ ਐਂਡ ਸ਼ੇਰਾਂ ਵਾਲੀ ਮਾਤਾ ਕਹਿ ਲਓ, ਸਰਸਵਤੀ ਮਾਤਾ ਕਹਿ ਲਓ, ਜਦੋਂ ਵੀ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਤੇ ਅਸੀਂ ਤੁਹਾਨੂੰ ਪਤਾ ਕਲਾ ਦੀ ਜਿਹੜੀ ਦੇਵੀ ਹੈ ਉਹਨੂੰ ਅਸੀਂ ਸਰਸਵਤੀ ਮਾਤਾ ਕਹਿੰਦੇ ਹਾਂ। ਜਿਹਦੇ ਵੀ ਗਲੇ ਵਿੱਚ ਸੁਰ ਲੱਗਦੇ ਆ ਜਾਂ ਕਹਿ ਲਓ ਐਕਟਿੰਗ ਦੇ ਫੀਲਡ ਵਿੱਚ ਕੋਈ ਵੀ ਬੰਦਾ ਕਾਮਯਾਬ ਹੁੰਦਾ ਜਾਂ ਸਿੰਗਿੰਗ ਦੇ ਫੀਲਡ ਵਿੱਚ ਹੁੰਦਾ, ਤੇ ਜਿੱਦਾਂ ਹੁਣ ਲਤਾ ਮੰਗੇਸ਼ਕਰ ਸੀਗੇ ਉਹਨਾਂ ਨੂੰ ਕਹਿੰਦੇ ਸੀਗੇ ਵੀ ਸਰਸਵਤੀ ਹੈ ਇਹਦੇ ਗਲੇ ਦੇ ਵਿੱਚ, ਉਹਨਾਂ ਦੇ ਗਲੇ ਦੇ ਵਿੱਚ ਸਾਕਸ਼ਾਤ ਸਰਸਵਤੀ ਵਿਰਾਜਮਾਨ ਹੁੰਦੀ ਹੈ ਜਿਹਨਾਂ ਦੇ ਡਾਇਲੋਗਸ ਹਿੱਟ ਹੋ ਜਾਂਦੇ ਆ ਜਾਂ ਗਾਣੇ ਹਿੱਟ ਹੋ ਜਾਂਦੇ ਆ। ਤੇ ਜੇ ਉਹ ਸਰਸਵਤੀ ਮਾਤਾ ਦੀ ਪੂਜਾ ਨਹੀਂ ਕਰਦੇ ਤੇ ਮਾਤਾ ਰੁੱਸ ਜਾਂਦੀ ਹੈ, ਤੇ ਲਕਸ਼ਮੀ ਮਾਤਾ ਦੀ ਪੂਜਾ ਨਹੀਂ ਕਰਦੇ ਮਾਤਾ ਰੁੱਸ ਜਾਂਦੀ ਹੈ। ਅਸੀਂ ਉਹ ਮਾਤਾਵਾਂ ਦੀ ਪੂਜਾ ਤੇ ਬੜੇ ਕਰਦੇ ਹਾਂ, ਬਟ ਜਿਹੜੀਆਂ ਸਾਡੇ ਘਰ ਵਿੱਚ ਔਰਤਾਂ ਕਿ ਅਸੀਂ ਉਹਨਾਂ ਨੂੰ ਰਿਸਪੈਕਟ ਦਿੰਦੇ ਹਾਂ, ਉਹਨਾਂ ਨੂੰ ਜ਼ਰੂਰ ਰਿਸਪੈਕਟ ਦੇਣੀ ਚਾਹੀਦੀ। ਇਹ ਨਹੀਂ ਕਿ ਮਾਤਾ ਦੀ ਫੋਟੋ ਦੇ ਅੱਗੇ ਮੱਥੇ ਟੇਕ ਲਏ, ਵਰਤ ਰੱਖ ਲਏ, ਪਰ ਘਰਾਂ 'ਚ ਜਿਹੜੀਆਂ ਜਨਾਨੀਆਂ ਉਹਨਾਂ ਨੂੰ ਗਾਲਾਂ ਕੱਢ ਲਈਆਂ ਤੇ ਮਾਤਾ ਵੀ ਨਾਰਾਜ਼ ਹੋ ਜਾਂਦੀ ਹੈ। ਤੁਸੀਂ ਉਹ ਰੀਲ ਦੇਖਦੇ ਹੋ ਵੀ ਲਕਸ਼ਮੀ ਮਾਤਾ ਇੱਕ ਘਰ ਹੁੰਦਾ ਤੇ ਹਸਬੈਂਡ ਵਾਈਫ ਦਾ ਝਗੜਾ ਹੋ ਰਿਹਾ ਹੁੰਦਾ ਤੇ ਮਾਤਾ ਦਰਵਾਜ਼ੇ ਤੋਂ ਹੀ ਬਾਹਰ ਚਲੀ ਜਾਂਦੀ ਹੈ, ਅੰਦਰ ਨਹੀਂ ਆਉਂਦੀ ਕਦੇ ਵੀ। ਤੇ ਜਿਹੜੀ ਜਿਸ ਘਰ ਵਿੱਚ ਹਸਬੈਂਡ ਵਾਈਫ ਦਾ ਬੜਾ ਪਿਆਰ ਚੱਲ ਰਿਹਾ ਹੁੰਦਾ ਉੱਥੇ ਮਾਤਾ ਫਟਾਫਟ ਐਂਟਰ ਕਰ ਜਾਂਦੀ ਹੈ। ਸੋ ਜਿੰਨੇ ਵੀ ਬੋਇਜ਼ ਮੇਰੀ ਇਸ ਲਾਈਵ ਨੂੰ ਦੇਖ ਰਹੇ ਜਾਂ ਫੀਮੇਲਸ ਦੇਖ ਰਹੀ, ਅਗਰ ਤੁਹਾਡੇ ਘਰੇ ਵੀ ਕਲੇਸ਼ ਹੈ ਜਾਂ ਫਿਰ ਆਪਸ 'ਚ ਬਣਦੀ ਘੱਟ ਹੈ ਤਾਂ ਅੱਜ ਤੋਂ ਬਣਾਉਣੀ ਸ਼ੁਰੂ ਕਰੋ, ਤਾਂ ਹੀ ਲਕਸ਼ਮੀ ਤੁਹਾਡੇ ਘਰੇ ਆਊਗੀ, ਤਾਂ ਹੀ ਸਰਸਵਤੀ ਤੁਹਾਡੇ ਘਰੇ ਵਿਰਾਜਮਾਨ ਹੋਏਗੀ। ਅਦਰਵਾਈਜ਼ ਉਸ ਘਰ ਵਿੱਚ ਕਹਿੰਦੇ 9 ਨਿਧੀਆਂ 12 ਸਿੱਧੀਆਂ ਹੋ ਜਾਂਦੀਆਂ ਹੈ ਜਿੱਥੇ ਔਰਤ ਦੀ ਇੱਜ਼ਤ ਕੀਤੀ ਜਾਂਦੀ ਹੈ। ਕੋਈ ਵੀ ਔਰਤ ਤੁਹਾਡੀ ਜ਼ਿੰਦਗੀ 'ਚ ਈਵਨ ਕਿ ਤੁਹਾਡੇ ਘਰੇ ਕੰਮ ਕਰਨ ਵਾਲੀ ਹੈ ਉਹਦੀ ਵੀ ਤੁਸੀਂ ਇੱਜ਼ਤ ਕਰਕੇ ਦੇਖੋ। ਮਤਲਬ ਜਦੋਂ ਇਹ ਮੇਰੇ ਨਾਲ ਸਾਕਸ਼ਾਤ ਹੁੰਦਾ, ਮੇਰੇ ਨਾਲ ਇੱਦਾਂ ਹੁੰਦਾ ਕਿ ਜਿਹੜੀ ਮੇਰੀ ਫੈਮਿਲੀ ਮੈਂਬਰਸ ਹੈ ਤੇ ਜਦੋਂ ਮੈਂ ਉਹਨਾਂ ਦੇ ਨਾਲ ਪਿਆਰ ਨਾਲ ਰਹਿੰਦੀ ਹਾਂ ਜਾਂ ਜਿਹਨਾਂ ਨੂੰ ਮੈਂ ਪਿਆਰ ਕਰਦੀ ਹਾਂ, ਜਿਹੜੇ ਮੇਰੇ ਨੀਅਰਸ ਹੈ, ਜਦੋਂ ਮੈਂ ਉਹਨਾਂ ਦੇ ਨਾਲ ਬੜੇ ਪਿਆਰ ਨਾਲ ਰਹਿੰਦੇ ਹਾਂ, ਅਸੀਂ ਦੋਨੋਂ ਹੱਸਦੇ ਹਾਂ, ਗਾਉਂਦੇ ਹਾਂ, ਘੁੰਮਦੇ ਹਾਂ, ਤੇ ਰੋਜ਼ ਬੜੇ ਪੈਸੇ ਆਉਂਦੇ ਆ, ਤੇ ਜਦੋਂ ਆਪਸ 'ਚ ਲੜਾਈ ਹੋ ਜਾਂਦੀ ਹੈ ਤੇ ਲਕਸ਼ਮੀ ਰੁੱਸ ਜਾਂਦੀ ਹੈ। ਲਕਸ਼ਮੀ ਕਹਿੰਦੀ ਕਿ ਨਹੀਂ, ਮੈਂ ਉਦੋਂ ਆਵਾਂਗੀ ਜਦੋਂ ਤੁਸੀਂ ਆਪਸ 'ਚ ਪਿਆਰ ਕਰੋਗੇ। ਸੋ ਮੈਂ ਜਿਹੜੇ ਮੇਰੇ ਨੇੜੇ ਦੇ ਰਿਸ਼ਤੇ ਹੈ ਮੈਂ ਹਮੇਸ਼ਾ ਉਹਨਾਂ ਬਣਾ ਕੇ ਰੱਖਦੀ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦੀ ਲਕਸ਼ਮੀ ਮਾਤਾ ਰੁੱਸ ਜਾਵੇ ਤੇ ਕੋਈ ਨੁਕਸਾਨ ਹੋ ਜਾਵੇ ਕਿਸੇ ਦਾ ਜਾਂ ਸਰਸਵਤੀ ਮਾਤਾ ਰੁੱਸ ਜਾਵੇ, ਟੈਲੈਂਟ ਚਲਾ ਜਾਵੇ, ਸੋਚਣ ਦੀ ਸ਼ਕਤੀ ਚਲੀ ਜਾਂਦੀ ਹੈ, ਤੁਸੀਂ ਉਹ ਅਲਫਾਜ਼ ਵੀ ਨਹੀਂ ਬੋਲ ਪਾਉਂਦੇ ਜੋ ਤੁਸੀਂ ਬੋਲੋਗੇ ਵਿਕਣਗੇ ਤੇ ਤੁਹਾਡੀ ਮੁੱਲ ਪਊਗਾ ਇਸ ਦੁਨੀਆਂ ਦੇ ਵਿੱਚ। ਸੋ ਇਸ ਕਰਕੇ ਹਰ ਮਾਂ ਨੂੰ ਖੁਸ਼ ਰੱਖੋ, ਹਰ ਸਿਸਟਰ ਨੂੰ ਖੁਸ਼ ਰੱਖੋ। ਅਸੀਂ ਕੀ ਕਈ ਵਾਰੀ ਕੀ ਕਰਦੇ ਹਾਂ ਨਾ, ਅਸੀਂ ਆਪਣੀਆਂ ਸਿਸਟਰਸ ਨੂੰ ਆਪਣੇ ਘਰੇ ਜਿਹੜੀਆਂ ਔਰਤਾਂ ਬੜਾ ਪ੍ਰੋਟੈਕਟਿਵ ਰੱਖਦੇ ਹਾਂ, ਨਹੀਂ ਇੱਦਾਂ ਨਹੀਂ ਕਰਨਾ, ਉੱਦਾਂ ਨਹੀਂ ਕਰਨਾ, ਬਟ ਅਸੀਂ ਬਾਹਰ ਜਾ ਕੇ ਦੂਜੇ ਦੀਆਂ ਜਿਹੜੀਆਂ ਭੈਣਾਂ ਹੁੰਦੀਆਂ, ਦੂਜੇ ਦੀਆਂ ਧੀਆਂ ਹੁੰਦੀਆਂ, ਉਹਨਾਂ ਨਾਲ ਗਲਤ ਬਿਹੇਵ ਕਰਦੇ ਹਾਂ, ਇੱਦਾਂ ਵੀ ਨਹੀਂ ਕਰਨਾ। ਅਸੀਂ ਕਹਿੰਦੇ ਇੱਕ ਨਾ ਕਾਰਮਿਕ ਕਹਿੰਦੇ ਇਟਸ ਅ ਰੂਲ, ਕਾਰਮਿਕ ਰੂਲ ਹੁੰਦਾ, ਇੱਕ ਲਾਅ ਹੈ, ਪ੍ਰਿੰਸੀਪਲ ਹੈ ਯੂਨੀਵਰਸ ਦਾ। ਅਸੀਂ ਜੋ ਟ੍ਰੀਟਮੈਂਟ ਆਪਣੇ ਘਰ ਵਿੱਚ ਆਪਣੀਆਂ ਔਰਤਾਂ ਨੂੰ ਦਿੰਦੇ ਹਾਂ, ਸੇਮ ਟ੍ਰੀਟਮੈਂਟ ਉਹੀ ਸਾਡੀਆਂ ਔਰਤਾਂ ਨੂੰ ਬਾਹਰ ਮਿਲਦਾ। ਸੋ ਪਲੀਜ਼ ਅੱਜ ਤੋਂ ਵੁਮੈਨਸ ਡੇ ਤੇ ਜਿੰਨੀਆਂ ਵੀ ਔਰਤਾਂ, ਮੈਂ ਔਰਤਾਂ ਨੂੰ ਵੀ ਕਹਾਂਗੀ ਕਿ ਔਰਤ ਹੀ ਔਰਤ ਦੀ ਕਈ ਵਾਰੀ ਦੁਸ਼ਮਣ ਬਣ ਜਾਂਦੀ ਹੈ, ਫੀਮੇਲ ਨੂੰ ਸਪੋਰਟ ਕਰਿਆ ਕਰੋ। ਹੁਣ ਜਿੱਦਾਂ ਕਨਿਕਾ ਮੇਰੀ ਭਰਜਾਈ ਹੈ, ਯਾ ਕਾਰਮਿਕ ਲਾਅ, ਬਿਲਕੁਲ ਰਾਈਟ ਸਵੀਟੀ, ਜਿੱਦਾਂ ਹੁਣ ਕਨਿਕਾ ਮੇਰੀ ਭਰਜਾਈ ਹੈ, ਕਨਿਕਾ ਮੇਰੀ ਭਰਜਾਈ ਘੱਟ ਤੇ ਮੇਰੀ ਭੈਣਾਂ ਵਾਂਗੂ ਜ਼ਿਆਦਾ ਹੈ, ਮੇਰੇ ਦੋਸਤਾਂ ਵਾਂਗੂ ਜ਼ਿਆਦਾ ਹੈ। ਆਈ ਸ਼ੇਅਰ ਐਵਰੀਥਿੰਗ ਵਿਦ ਹਰ, ਸ਼ੀ ਸ਼ੇਅਰ ਐਵਰੀਥਿੰਗ ਵਿਦ ਮੀ, ਔਰ ਜਿਹੜੀ ਮੇਰੀ ਗਾਂ ਅੱਗੇ ਵੀ ਮੇਰੀ ਸਿਸਟਰ ਇਨ ਲਾਅ ਹੋਣਗੇ, ਪਰਮਾਤਮਾ ਕਰੇ ਉਹ ਵੀ ਸਾਡਾ ਪਿਆਰ ਭੈਣਾਂ ਵਾਂਗੂ ਹੋਵੇ, ਸਹੇਲੀਆਂ ਵਰਗਾ ਸਾਡਾ ਪਿਆਰ ਹੋਵੇ। ਪਰਮਾਤਮਾ ਉਹ ਜਿਹੀਆਂ ਰੂਹਾਂ ਹੀ ਤੁਹਾਡੀ ਜ਼ਿੰਦਗੀ 'ਚ ਲੈ ਕੇ ਆਉਂਦੇ ਜਿੱਦਾਂ ਦੇ ਤੁਸੀਂ ਆਪ ਹੁੰਦੇ ਹੋ। ਸੋ ਸਾਰੀਆਂ ਭੈਣਾਂ ਨੂੰ ਇਹੀ ਐਡਵਾਈਸ ਹੈ ਵੀ ਆਪਣੇ ਘਰੇ ਨਨਾਨਾਂ ਦੇ ਨਾਲ, ਭਰਜਾਈਆਂ ਦੇ ਨਾਲ ਬੜੇ ਕਈ ਵਾਰੀ ਗਿਲੇ ਸ਼ਿਕਵੇ ਹੋ ਜਾਂਦੇ, ਬਟ ਅੱਜ ਸਾਰਿਆਂ ਨੇ ਵੁਮੈਨਸ ਡੇ ਤੇ ਉਹਨਾਂ ਨੂੰ ਮੈਸੇਜ ਜ਼ਰੂਰ ਕਰਨਾ, ਉਹਨਾਂ ਨੂੰ ਕਾਲ ਜ਼ਰੂਰ ਕਰਨਾ, ਕਦੇ ਵੀ ਦੂਰ ਨਹੀਂ ਹੋਣਾ ਯਾਰ। ਇਹ ਨਨਾਨਾਂ ਵੀ ਨਾ ਖੁਸ਼ਕਿਸਮਤ ਵਾਲਿਆਂ ਨੂੰ ਮਿਲਦੀਆਂ। ਤੁਸੀਂ ਹਮੇਸ਼ਾ ਕਹਿੰਦੇ ਮੇਰੀ ਨਨਾਣ ਨੇ ਆਹ ਕੀਤਾ, ਮੇਰੀ ਨਨਾਣ ਨੇ ਆਹ ਕੀਤਾ, ਮੇਰੀ ਭਰਜਾਈ ਨੇ ਇੱਦਾਂ ਕੀਤਾ, ਅਸੀਂ ਖੁਸ਼ਕਿਸਮਤ ਆ, ਸਾਨੂੰ ਇਹੋ ਜਿਹੇ ਰਿਸ਼ਤੇ ਮਿਲੇ ਹੈ। ਤੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਨਾਂ ਕੋਲ ਰਿਸ਼ਤੇ ਨਹੀਂ ਹੈ। ਮੈਂ ਉਦਣ ਵੀ ਇੱਕ ਵੀਡੀਓ ਬਣਾਈ ਸੀਗੀ ਆਪਾਂ, ਹਨਾ, ਕਿ ਅਗਰ ਕੋਈ ਗਲਤੀ ਕਰੇ ਤੇ ਉਹਨੂੰ ਮਾਫ਼ ਕਰ ਦੇਣਾ ਚਾਹੀਦਾ। ਇਹ ਕਨਿਕਾ ਦਾ ਆਈਡੀਆ ਸੀਗਾ, ਕਨਿਕਾ ਵੀ ਮੈਨੂੰ ਜਿਵੇਂ ਰੰਧਾਵਾ ਜੀ ਮੈਨੂੰ ਆਈਡੀਆ ਦਿੰਦੇ ਹੈ ਉਦਾਂ ਹੀ ਮੈਨੂੰ ਕਨਿਕਾ ਵੀ ਆਈਡੀਆ ਦਿੰਦੇ ਰਹਿੰਦੀ ਹੈ, ਦੀਦੀ ਆਪ ਇਸ 'ਤੇ ਬਣਾਓ, ਐਸੇ ਕਰੋ, ਵੈਸੇ ਕਰੋ। ਸੋ ਉਹ ਕਨਿਕਾ ਦਾ ਸੀਗਾ ਕਿ ਅਗਰ ਭੈਣ ਭਰਾਵਾਂ 'ਚ ਕੋਈ ਗੱਲ ਹੋ ਜਾਵੇ ਤੇ ਸਾਨੂੰ ਫੋਰਗਿਵਨੈਸ ਫੋਰਗਿਵ ਕਰ ਦੇਣਾ ਚਾਹੀਦਾ, ਮਾਫ਼ ਕਰ ਦੇਣਾ ਚਾਹੀਦਾ। ਤੁਸੀਂ ਸਾਰਿਆਂ ਨੇ ਉਸ ਰੀਲ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ, ਐਂਡ ਅੱਗੇ ਵੀ ਕਨਿਕਾ ਮੈਨੂੰ ਅੱਛੇ ਅੱਛੇ ਆਈਡੀਆਜ਼ ਦਿੰਦੀ ਰਹੇਗੀ ਜਿੱਦਾਂ ਰੰਧਾਵਾ ਜੀ ਦਿੰਦੇ ਹੈ। ਸੋ ਰੰਧਾਵਾ ਜੀ ਅਤੇ ਕਨਿਕਾ ਜੀ ਦੀ ਕਾਫ਼ੀ ਥਿੰਕਿੰਗ ਮਿਲਦੀ ਹੈ, ਬਿਜ਼ਨਸ ਮਾਇੰਡ ਹੈ ਦੋਨੋਂ ਜਾਣੇ।
ਕਿਉਂਕਿ ਕਨਿਕਾ ਦਾ ਵੀ ਬੜਾ ਬਿਜ਼ਨਸ ਵਾਲਾ ਦਿਮਾਗ ਹੈ, ਰੰਧਾਵਾ ਜੀ ਦਾ ਵੀ ਬੜਾ ਬਿਜ਼ਨਸ ਵਾਲਾ ਦਿਮਾਗ ਹੈ, ਤੇ ਦੋਨਾਂ ਦੇ ਦਿਮਾਗ ਜਦੋਂ ਮਿਲ ਜਾਂਦੇ ਆ ਤੇ ਫਿਰ ਮੈਨੂੰ ਕਹਿੰਦੇ ਏਦਾਂ ਕਰ ਐਸੇ ਕਰੋ ਵੈਸੇ ਕਰੋ, ਤੇ ਮੈਂ ਕਹਿੰਦੀ ਹਾਂ ਠੀਕ ਹੈ ਜਿੱਦਾਂ ਉਹ ਕਹਿੰਦੇ ਆ ਮੈਂ ਵੀਡੀਓ ਬਣਾ ਦਿੰਦੀ ਹਾਂ, ਕਨਿਕਾ ਕਹਿੰਦੀ ਹੈ ਵੀਡੀਓ ਬਣਾ ਦਿੰਦੀ ਹਾਂ, ਤਾਂ ਉਹ ਸਾਰੀਆਂ ਜਿਹੜੀਆਂ ਵੀਡੀਓਜ਼ ਆ ਹਿੱਟ ਹੋ ਜਾਂਦੀਆਂ, ਤੁਸੀਂ ਸਾਰੇ ਪਸੰਦ ਕਰਦੇ ਹੋ, ਸੋ ਇਹੋ ਜਿਹੇ ਦਿਮਾਗ ਵੀ ਹੋਣੇ ਬੜੇ ਜ਼ਰੂਰੀ ਹੈ ਐਂਡ ਦੇ ਬਹੁਤ ਹਾਰਡ ਜੀਨੀਅਸ। ਅਗਰ ਮੈਂ ਕਨਿਕਾ ਦੀ ਗੱਲ ਕਰਾਂ ਜਾਂ ਰੰਧਾਵਾ ਜੀ ਦੀ ਗੱਲ ਕਰਾਂ, ਦੋਨੋਂ ਹੀ ਜੀਨੀਅਸ ਹੈ। ਇੱਦਾਂ ਹੀ ਕਹਿੰਦੇ ਹੈ, ਇੱਦਾਂ ਕੁਛ ਨਹੀਂ ਹੈ, ਜੀਨੀਅਸ ਉਹ ਆਪ ਹੈ, ਠੀਕ ਹੈ, ਆਪ ਬਿਲਕੁਲ ਗਰਾਊਂਡਡ ਹੈ, ਬਿਲਕੁਲ ਜਿੱਦਾਂ ਤੁਹਾਨੂੰ ਦਿਖਦੀ ਹੈ ਨਾ ਕਿ ਲੋਕੀ ਸਟਾਰ ਹੈ, ਕੋਈ ਇਹ ਮਿਲਦੇ ਹੋਣਗੇ ਲੋਕਾਂ ਨਾਲ ਗੱਲ ਕਰਦੇ ਹੋਣਗੇ, ਇਹ ਇੱਦਾਂ ਹੀ ਹੈ ਜਿੰਨਾ ਇੱਕ ਨੋਰਮਲ ਬੰਦਾ ਹੈ, ਬਲਕਿ ਸਾਡੇ ਤੋਂ ਵੀ ਜ਼ਿਆਦਾ ਅੱਛੇ, ਕਿਉਂਕਿ ਇਹ ਬਹੁਤ ਪਾਠ ਔਰ ਬਹੁਤ ਹੀ ਅੱਛੀ ਸੋਚ ਨਾਲ ਰਹਿੰਦੇ। ਐਂਡ ਪਾਠ ਵੀ ਪਰਮਾਤਮਾ ਉਹੀ ਕਰ ਸਕਦਾ ਜਿਹਦੀ ਸੇਵਾ ਪਰਮਾਤਮਾ ਲਾਵੇ, ਜਿਹਨੂੰ ਆਪ ਉਠਾਵੇ ਉਹੀ ਉੱਠ ਸਕਦਾ। ਸੋ ਅੱਜ ਬਹੁਤ ਸਾਰੇ ਤੁਹਾਡੇ ਸਾਰਿਆਂ ਦੇ ਕੁਐਸਚਨਸ ਹੈ, ਸੋ ਇੱਕ ਹੋਰ ਸਪੈਸ਼ਲ ਗੈਸਟ ਹੈ ਜਿਹਨੂੰ ਮੈਂ ਲੈ ਕੇ ਆਉਣਾ ਚਾਹੁੰਦੀ ਹਾਂ ਲਾਈਵ। ਸੋ ਯੈਸ ਯੈਸ ਆਲ, ਹਾਂਜੀ, ਸੋ ਤੁਹਾਡੇ ਸਾਰਿਆਂ ਦੇ ਕੋਈ ਕੁਐਸਚਨ ਇਰੈਗੂਲਰ ਪੀਰੀਅਡਸ ਨੂੰ ਲੈ ਕੇ ਆਏ ਥੇ ਕਨਿਕਾ? ਹਾਂ ਜ਼ਰੂਰ ਆਏ ਥੀ। ਇੱਕ ਸਭ ਤੋਂ ਅੱਛਾ ਕੁਐਸਚਨ ਮੈਨੂੰ ਲੱਗਿਆ, ਉੱਪਰ ਚਲਾ ਗਿਆ ਹੋਏਗਾ, ਫਿਰ ਦੁਬਾਰਾ ਆ ਜਾਏਗਾ, ਨੀਚੇ ਕਰ ਲੈਂਦੇ ਹਾਂ, ਫਿਰ ਦੁਬਾਰਾ ਆ ਜਾਏਗਾ। ਇੱਕ ਸੈਕਿੰਡ ਮੈਂ ਕੁਐਸਚਨਸ ਦੇਖਦੀ ਆ। ਮੈਨੂੰ ਬਹੁਤ ਅੱਛਾ ਕੁਐਸਚਨ ਲੱਗਿਆ ਸੀਗਾ, ਆਪਕਾ ਲਾਈਫ ਮੇ ਏਮ ਕਿਆ ਹੈ। ਹਾਂ, ਤੁਹਾਡਾ ਲਾਈਫ 'ਚ ਏਮ ਕੀ ਹੈ? ਇੰਨਾ ਅੱਛਾ ਕੁਐਸਚਨ, ਕਿਉਂਕਿ ਵੂਮਨਸ ਡੇ ਹੈ ਔਰ ਤੁਸੀਂ ਸਭ ਤੋਂ ਅੱਛੀ ਚੀਜ਼ ਪੁੱਛ ਰਹੇ ਹੋ ਕਿ ਤੁਹਾਡੀ ਲਾਈਫ 'ਚ ਏਮ ਕੀ ਹੈ। ਕਾਫੀ ਬੋਕਸਿਸ ਜਾ ਚੁੱਕੇ, ਇਹਨਾਂ ਵੀ ਖਤਮ ਹੋ ਜੇ ਔਰ ਕੀ ਕਹਿੰਦੇ ਹੈ ਆਪਣਾ ਆਊਟ ਆਫ ਸਟੋਕ ਹੋ ਜੇ। ਸੋ ਫਟਾਫਟ ਜਿਹੜੀਆਂ ਮੇਰੀਆਂ ਭੈਣਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ ਹੋਈਆਂ, ਹੁਣ ਤੱਕ ਪ੍ਰੋਟੀਨ ਸੋਚ ਰਹੇ ਸੀ ਕਦੋਂ ਅਸੀਂ ਆਫ ਲੱਗੇਗਾ ਤੇ ਬੁੱਕ ਕਰਾਂਗੇ। ਸੋ ਟੂਡੇ ਇਜ਼ ਦਾ ਬੈਸਟ ਡੇ, ਵੂਮੈਨਸ ਡੇ ਹੈ, ਤੁਸੀਂ ਪਲੀਜ਼ ਜਾ ਕੇ ਹੁਣੇ ਆਪਣਾ ਜੀਸੀ ਪ੍ਰੋਟੀਨ ਬੁੱਕ ਕਰ ਸਕਦੇ ਹੋ ਐਂਡ ਬੜੀ ਜਲਦੀ ਆਊਟ ਆਫ ਸਟੋਕ ਵੀ ਹੋਣ ਵਾਲਾ ਹੈ। ਗੁਰਲੀਨ ਮੈਮ ਦਾ ਵਿਆਹ ਕਦੋਂ ਹੈ? ਬੜੀ ਜਲਦੀ ਹੈ। ਕਿਰਨ ਸੰਧੂ ਮੈਮ ਜੀ, ਕਿਰਨ ਸੰਧੂ ਇਹਨਾਂ ਦੇ ਬੜੇ ਪਿਆਰੇ ਮੇਰੀ ਭੈਣ ਹੈ ਔਰ ਹਾਂਜੀ ਬਿਲਕੁਲ, ਸਟੋਕ ਲਿਮਿਟਡ ਹੈ ਅੱਜ ਤੇ, ਵੈਸੇ ਕਾਫੀ ਜ਼ਿਆਦਾ ਖਤਮ ਹੋ ਗਿਆ। ਸੋ ਜਿਹਨਾਂ ਨੇ ਨਹੀਂ ਬੁੱਕ ਕੀਤਾ 10% ਤੇ ਬੁੱਕ ਕਰ ਸਕਦੇ ਹੋ ਆਪਣਾ ਜੀਸੀ ਪ੍ਰੋਟੀਨ। ਸੋ ਮੈਂ ਸਾਰਿਆਂ ਤੋਂ ਵਿਦਾ ਲੂੰਗੀ ਕਿਉਂਕਿ ਤੁਹਾਡੇ ਸਪੈਸ਼ਲ ਗੈਸਟ ਆ ਰਹੇ ਨੇ। ਸੋ ਬਾਏ, ਥੈਂਕ ਯੂ ਸੋ ਮਚ ਕਨਿਕਾ। ਸੋ ਕਨਿਕਾ ਦੀ ਵੀਡੀਓ ਤੁਸੀਂ ਸਾਰੇ ਬੜੀ ਪਸੰਦ ਕਰਦੇ ਹੋ ਐਂਡ ਕਨਿਕਾ ਹਮੇਸ਼ਾ, ਹੋਰ ਵੀ ਮੈਂ ਕਨਿਕਾ ਨੂੰ ਕਹੂੰਗੀ ਵੀਡੀਓਜ਼ ਬਣਾਏਗੀ, ਜੋ ਵੀ ਡਾਇਟ ਦੇ ਨਾਲ ਇਹਦੇ ਅੰਦਰ ਚੇਂਜਿਸ ਆਏ ਹੈ ਜਾਂ ਫਿਰ ਪ੍ਰੋਟੀਨ ਦੇ ਨਾਲ ਕਨਿਕਾ ਦੀ ਬੋਡੀ 'ਚ ਚੇਂਜਿਸ ਆਏ ਹੈ। ਹਾਂਜੀ ਅਮਨ, ਤੁਸੀਂ ਆਉਣਾ ਚਾਹੁੰਦੇ ਹੋ ਲਾਈਵ, ਸੋ ਸੈਂਡ ਮੀ ਰਿਕੁਐਸਟ ਅਮਨ, ਫਿਰ ਆਪਾਂ ਸਪੈਸ਼ਲ ਗੈਸਟ ਨੂੰ ਵੀ ਲੈ ਕੇ ਆਉਣਾ ਅੱਜ ਲਾਈਵ ਦੇ ਵਿੱਚ। ਥੈਂਕ ਯੂ ਸੋ ਮਚ। ਹਾਂਜੀ ਮੈਂ 5 ਬਾਕਸ ਰੱਖ ਦੇਵਾਂਗੀ ਤੁਹਾਡੇ। ਥੈਂਕ ਯੂ ਸੋ ਮਚ ਕਨਿਕਾ, ਵੂਮੈਨ ਆਫ ਮਾਈ ਲਾਈਫ। ਯੈਸ ਪਲੀਜ਼, ਤੁਹਾਡੀ ਜ਼ਿੰਦਗੀ 'ਚ ਜਿਹੜੀ ਬੈਸਟ ਵੂਮੈਨ ਹੈ, ਮਦਰ ਹੈ, ਮਦਰ ਇਨ ਲਾਅ ਹੈ, ਸਿਸਟਰ ਇਨ ਲਾਅ ਹੈ, ਉਹਨੂੰ ਪਲੀਜ਼ ਜੀਸੀ ਪਿਓਰ ਜ਼ਰੂਰ ਉਹਨਾਂ ਨੂੰ ਗਿਫਟ ਕਰੋ, ਸੋ ਦੈਟ ਸਾਰੀਆਂ ਹੀ ਭੈਣਾਂ ਫਿੱਟ ਹੋ ਜਾਣ। ਦੇਖੋ ਤੁਹਾਨੂੰ ਪਤਾ, ਆਮ ਸੋਰੀ, ਮੈਨੂੰ ਨਾ ਹਫ਼ਤਾ ਹੀ ਹੋ ਗਿਆ ਜ਼ੁਕਾਮ ਲੱਗਿਆ ਹੋਇਆ। ਤੁਹਾਨੂੰ ਪਤਾ ਜਦੋਂ ਸਾਡੇ ਚੈੱਕਅਪਸ ਹੁੰਦੇ ਆ, ਜਦੋਂ ਵੀ ਸਾਡਾ ਚੈੱਕਅਪ ਹੁੰਦਾ ਨਾ, ਡਾਕਟਰ ਸਭ ਤੋਂ ਪਹਿਲਾਂ ਦੇਖਦਾ ਕਿ ਫੀਮੇਲ ਦੀ ਬੋਡੀ ਵਿੱਚ ਪ੍ਰੋਟੀਨ ਕਿੰਨਾ। ਇਫ ਯੂ ਹੈਵ ਗੁੱਡ ਪ੍ਰੋਟੀਨ ਇਨ ਯੋਰ ਬੋਡੀ, ਤੁਹਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਹੋਏਗੀ, ਤੁਹਾਡੀ ਸਕਿਨ ਅੱਛੀ ਹੋਏਗੀ, ਤੁਹਾਡੇ ਹੇਅਰ ਅੱਛੇ ਹੋਣਗੇ, ਤੁਹਾਡੀ ਮਸਲ ਅੱਛਾ ਹੋਏਗਾ। ਸਾਡੀ ਸਕਿਨ ਦੇ ਨੀਚੇ ਜਿਹੜੇ ਮਸਲ ਹੁੰਦੇ ਆ, ਜਿਵੇਂ ਰੰਧਾਵਾ ਜੀ ਨੇ ਦੱਸਿਆ, ਉਹ ਹਮੇਸ਼ਾ ਵਧੀਆ ਰਹਿੰਦੇ ਆ ਅਗਰ ਸਾਡੀ ਬੋਡੀ 'ਚ ਪ੍ਰੋਟੀਨ ਅੱਛਾ ਹੈ। ਪ੍ਰੋਟੀਨ ਕਿੱਥੋਂ ਮਿਲਦਾ? ਫਿਸ਼ ਲੈ ਲਓ, ਚਿਕਨ ਲੈ ਲਓ, ਐਗਸ ਲੈ ਲਓ, ਅਗਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਹਾਨੂੰ ਤਾਂ ਪ੍ਰੋਟੀਨ ਜ਼ਰੂਰ ਚਾਹੀਦਾ। ਅਮਨ ਨੂੰ ਆਪਾਂ ਦੇਖ ਲੈਂਦੇ ਹਾਂ, ਫਿਰ ਆਪਾਂ ਸਪੈਸ਼ਲ ਗੈਸਟ ਨੂੰ ਵੀ ਲੈ ਕੇ ਆਉਣਾ ਹੈ। ਅਮਨ, ਆਈ ਕੈਨੋਟ ਸੀ ਯੋਰ ਰਿਕੁਐਸਟ, ਕੈਨ ਯੂ ਸੈਂਡ ਮੀ ਦਾ ਰਿਕੁਐਸਟ ਪਲੀਜ਼। ਅਮਨ ਤੁਸੀਂ 10% ਡਿਸਕਾਊਂਟ ਕਰਕੇ ਮਨਦੀਪ ਕੌਰ 35 ਤੁਸੀਂ ਦੇਖ ਸਕਦੇ ਹੋ ਡੀਅਰ, ਜਾਂ ਫਿਰ ਤੁਸੀਂ 9996001600 ਤੇ ਮੈਸੇਜ ਕਰੋ। ਵੈਸੇ ਤੇ ਕਾਫੀ ਸਵੇਰ ਦੇ ਬੋਕਸਿਸ ਜਾ ਚੁੱਕੇ ਹੋ। ਹਾਂਜੀ, ਅੱਜ ਬੜਾ ਮੈਂ ਸਪੈਸ਼ਲ ਗੈਸਟ ਲੈ ਕੇ ਆ ਰਹੀ ਹਾਂ, ਜੋ ਅੱਛਾ ਮੈਨੂੰ ਇਹ ਦੱਸੋ ਕਿ ਇੱਕ ਔਰਤ ਦੀ ਬੋਡੀ ਵਿੱਚ ਸਭ ਤੋਂ ਇੰਪੋਰਟੈਂਟ ਔਰਗਨ ਕਿਹੜਾ ਹੁੰਦਾ? ਕੋਈ ਦੱਸੇਗਾ ਮੈਨੂੰ? ਇੱਕ ਔਰਤ ਦੀ ਬੋਡੀ ਵਿੱਚ ਸਭ ਤੋਂ ਇੰਪੋਰਟੈਂਟ ਔਰਗਨ ਕਿਹੜਾ ਹੁੰਦਾ? ਅਮਨ 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 ਮੈਨੂੰ ਨਹੀਂ ਦਿਖ ਰਹੀ ਡੀਅਰ, ਸਟਿਲ ਤੁਹਾਡੀ ਰਿਕੁਐਸਟ ਨਹੀਂ ਦਿਖ ਰਹੀ ਮੈਨੂੰ। ਅਮਨ, ਹਾਰਟ, ਕ੍ਰਿਸ਼ਨਾ ਭਗਤੀ, ਹੋਰ ਕੌਣ ਦੱਸੇਗਾ ਮੈਨੂੰ? ਕ੍ਰਿਸ਼ਨਾ ਭਗਤੀ ਕਹਾਂ ਸੇ ਹੋ? ਫੇਸ, ਅਮਨ ਤੁਹਾਡੀ ਰਿਕੁਐਸਟ ਨਹੀਂ ਦਿਖ ਰਹੀ ਡੀਅਰ ਮੈਨੂੰ। ਇੱਕ ਔਰਤ ਦੀ ਬੋਡੀ ਵਿੱਚ ਸਭ ਤੋਂ ਇੰਪੋਰਟੈਂਟ ਔਰਗਨ ਕਿਹੜਾ ਹੁੰਦਾ? ਲੈਟਸ ਸੀ ਕੌਣ ਬੈਸਟ ਆਨਸਰ ਦਿੰਦਾ। ਮਾਈਂਡ,
ਗੁਰਮਨ ਜੀ ਸਤਿ ਸ਼੍ਰੀ ਅਕਾਲ, ਕਿੱਦਾਂ ਮੇਰੀ ਭੈਣ, ਠੀਕ ਹੋ? ਡਾਇਟ ਵਧੀਆ ਚੱਲਦੀ? ਹਾਰਟ ਯੂਟਰਸ ਮਨਦੀਪ ਕੌਰ 484 ਇੱਕ ਔਰਤ ਦੀ ਬਾਡੀ ਦਾ ਸਭ ਤੋਂ ਇੰਪੋਰਟੈਂਟ ਆਰਗਨ ਹੁੰਦਾ ਹੈ, ਤੁਹਾਨੂੰ ਪਤਾ। ਇੱਥੋਂ ਹੀ ਸਾਰੀਆਂ ਪ੍ਰੋਬਲਮਸ ਸ਼ੁਰੂ ਹੁੰਦੀਆਂ, ਚਾਹੇ ਉਹ ਫੇਸ ਰਿਲੇਟਿਡ ਪ੍ਰੋਬਲਮ ਹੈ, ਚਾਹੇ ਉਹ ਹੇਅਰ ਰਿਲੇਟਿਡ ਪ੍ਰੋਬਲਮ ਹੈ, ਚਾਹੇ ਉਹ ਕੋਈ ਵੀ ਪ੍ਰੋਬਲਮ ਹੈ। ਕਿੱਦਾਂ ਸਾਡੀਆਂ ਪ੍ਰੋਬਲਮ ਸ਼ੁਰੂ ਹੁੰਦੀਆਂ? ਸਭ ਤੋਂ ਪਹਿਲਾਂ ਹਾਰਮੋਨ ਇੰਬੈਲੈਂਸ ਹੁੰਦੇ। ਅੱਜ ਮੈਂ ਤੁਹਾਨੂੰ ਸਾਰਾ ਕੁਝ ਦੱਸਾਂਗੀ। ਇਰੈਗੂਲਰ ਪੀਰੀਅਡਸ ਹੁੰਦੇ, ਰਾਈਟ? ਇੱਥੋਂ ਤੁਹਾਨੂੰ ਦਿਖ ਰਿਹਾ, ਯੂਟਿਊਬ, ਇੰਸਟਾਗ੍ਰਾਮ, ਇਹ ਇੱਕ ਔਰਤ ਦਾ ਸਭ ਤੋਂ ਇੰਪੋਰਟੈਂਟ ਔਰਗਨ ਹੁੰਦਾ ਹੈ, ਜਿਹਦੇ ਉੱਤੇ ਜਿਉਣ ਤੋਂ ਲੈ ਕੇ ਮਰਨ ਤੱਕ ਸਾਡੀ ਸਾਰੀ ਜ਼ਿੰਦਗੀ ਨਿਰਭਰ ਹੁੰਦੀ ਹੈ। ਧਿਆਨ ਨਾਲ ਮੇਰੀ ਇਸ ਵੀਡੀਓ ਨੂੰ ਦੇਖਿਓ, ਮੈਂ ਤੁਹਾਨੂੰ ਕੁਛ ਗੱਲਾਂ ਸਮਝਾਉਣ ਜਾ ਰਹੀ ਹਾਂ। ਸ਼ਾਇਦ ਤੁਹਾਨੂੰ ਅੱਜ ਤੋਂ ਪਹਿਲਾਂ ਕਿਸੇ ਨੇ ਸਮਝਾਈਆਂ ਨਹੀਂ ਹੋਣਗੀਆਂ, ਸ਼ਾਇਦ ਤੁਸੀਂ ਸੁਣੀਆਂ ਵੀ ਨਹੀਂ ਹੋਣਗੀਆਂ। ਮੈਂ ਤੁਹਾਨੂੰ ਥੋੜ੍ਹੀ ਥੋੜ੍ਹੀ ਬਰੀਕੀਆਂ 'ਚ ਸਮਝਾਵਾਂਗੀ। ਨਹੀਂ ਸਮਝ ਲੱਗੇ ਵੀਡੀਓ ਨੂੰ ਤੁਸੀਂ ਰਿਪੀਟ ਕਰਕੇ ਦੇਖ ਸਕਦੇ ਹੋ। ਔਰ ਜਿੰਨੇ ਵੀ ਤੁਹਾਡੀਆਂ ਨੀਅਰ ਐਂਡ ਡੀਅਰ ਭੈਣਾਂ ਹੈ ਨਾ, ਕੋਈ ਵੀ ਫੀਮੇਲ ਤੁਸੀਂ ਜਾਣਦੇ ਹੋ, ਉਹਨੂੰ ਜ਼ਰੂਰ ਅੱਜ ਦਾ ਲਾਈਵ ਤੁਸੀਂ ਫੋਰਵਰਡ ਜ਼ਰੂਰ ਕਰਿਓ, ਸੋ ਦੈਟ ਕਿਸੇ ਨੂੰ ਫੇਸ਼ੀਅਲ ਹੇਅਰ ਹੋ ਰਿਹਾ, ਇਰੈਗੂਲਰ ਪੀਰੀਅਡਸ ਹੋ ਰਹੀ ਹੈ, ਪਿਗਮੈਂਟੇਸ਼ਨ ਹੋ ਰਹੀ ਹੈ, ਕਿਤੇ ਕੋਈ ਗੱਠ ਬਣ ਗਈ ਹੈ, ਬੜੀ ਮਿਹਨਤ ਲੱਗਦੀ ਹੈ ਇੱਕ ਲਾਈਵ ਨੂੰ ਤਿਆਰ ਕਰਨ ਲਈ, ਉਹ ਵੀ ਵੈਨ ਯੂ ਆਰ ਨੋਟ ਵੈਲ। ਆਈ ਵਾਸ ਨੋਟ ਵੈਲ, ਮੈਂ ਅੱਜ ਆਉਣਾ ਹੀ ਨਹੀਂ ਸੀ ਲਾਈਵ। ਮੈਂ ਕਨਿਕਾ ਨੂੰ ਕਿਹਾ ਸੀ ਵੀ ਤੁਸੀਂ ਜਾਓ ਲਾਈਵ, ਐਂਡ ਮੈਂ ਨਹੀਂ ਜਾ ਸਕਦੀ। ਸੋ ਅੱਜ ਆਪਾਂ ਗੱਲ ਕਰਾਂਗੇ ਔਰਤ ਦਾ ਸਭ ਤੋਂ ਇੰਪੋਰਟੈਂਟ ਜਿਹੜਾ ਹਿੱਸਾ ਹੁੰਦਾ ਉਹ ਹੁੰਦਾ, ਧਿਆਨ ਨਾਲ ਦੇਖਿਓ ਮੇਰੀ ਇਸ ਵੀਡੀਓ, ਇਹ ਸਾਡਾ ਵਜਾਈਨ ਹੈ, ਰਾਈਟ? ਸਰਵਿਕਸ ਹੈ, ਇਹ ਯੂਟਰਸ ਹੈ ਜਿੱਥੇ ਸਾਡਾ ਬੇਬੀ ਰਹਿੰਦਾ 9 ਮਹੀਨੇ, ਦਿਸ ਇਜ਼ ਆਰ ਯੂਟਰਸ। ਇਹ ਨੋਰਮਲ ਓਵਰੀਜ਼ ਹੈ ਸਾਡੀਆਂ, ਜਿੱਥੇ ਤੁਸੀਂ ਅਗਰ ਦੇਖ ਰਹੇ ਹੋ ਛੋਟੇ 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 ਫੋਲੀਕਲਸ ਹੈ ਜਿਹੜੇ ਐਗਸ ਬਣਦੇ ਅੱਗੇ ਜਾ ਕੇ। ਇਹ ਨੋਰਮਲ ਸਾਡੀ ਓਵਰੀ ਹੈ, ਇਹ ਸਾਡੀ ਐਬਨੋਰਮਲ ਓਵਰੀ ਹੈ। ਤੁਹਾਨੂੰ ਪਤਾ ਹੈ ਇਹ ਓਵਰੀ ਜਿਹੜੀਆਂ ਤਾਂ ਜਿਹਨਾਂ ਦੇ ਪੀਰੀਅਡਸ ਰੈਗੂਲਰ ਹੁੰਦੇ ਆ ਉਹਨਾਂ ਦੀ ਓਵਰੀ ਸਾਡੇ ਅੰਦਰ ਇੱਦਾਂ ਹੁੰਦੀ ਹੈ। ਇਹ ਫੋਲੀਕਲਸ ਹੈ ਜਿਹੜੇ ਤੁਸੀਂ ਦੇਖ ਰਹੇ ਹੋ, ਅਤੇ ਜਦੋਂ ਸਾਡੇ ਹਾਰਮੋਨ ਜਿਹੜੇ ਯੂਟਰਸ ਨੂੰ ਸਭ ਤੋਂ ਜ਼ਿਆਦਾ ਹਾਰਮੋਨਸ ਇਫੈਕਟ ਕਰਦੇ ਆ, ਪ੍ਰੋਜੈਸਟਰੋਨ ਐਂਡ ਐਸਟ੍ਰੋਜਨ, ਜਦੋਂ ਵੀ ਇਹ ਦੋ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਆ, ਜਿਹੜੇ ਸਾਡੇ ਫੋਲੀਕਲਸ ਹੈ, ਇਹ ਨੋਰਮਲ ਜਿਹੜੀ ਓਵਰੀ ਹੈ ਉਹ ਇੱਦਾਂ ਬਬਲਸ ਬਬਲਸ ਸਿਸਟ ਫਲਿਊਡ ਬਣ ਜਾਂਦਾ। ਆਹ ਦੇਖੋ ਨਾ, ਆਹ ਨੋਰਮਲ ਓਵਰੀ ਹੈ, ਆਹ ਬਬਲਸ ਵਾਲੀ ਸਾਡੀ ਓਵਰੀ ਬਣ ਗਈ, ਦੇਖ ਰਹੇ ਹੋ, ਇੱਦਾਂ ਬਣ ਜਾਂਦੀ ਹੈ, ਜਿਹਦੇ ਕਰਕੇ ਜਿਹੜੇ ਸਾਡੇ ਪੀਰੀਅਡਸ ਹੈ ਇਰੈਗੂਲਰ ਹੋਣੇ ਸ਼ੁਰੂ ਹੋ ਜਾਂਦੇ, ਸਾਡੇ ਪੀਰੀਅਡਸ ਬੰਦ ਹੋਣੇ ਸ਼ੁਰੂ ਹੋ ਜਾਂਦੇ, ਕਿਉਂਕਿ ਸਾਡੇ ਹਾਰਮੋਨ ਇੰਬੈਲੈਂਸ ਹੋ ਗਏ। ਪ੍ਰੋਜੈਸਟਰੋਨ ਐਸਟ੍ਰੋਜਨ ਦੋਨੋਂ ਇੰਬੈਲੈਂਸ ਜਦੋਂ ਹੋ ਜਾਂਦੇ ਹੈ, ਇੱਦਾਂ ਬਬਲਸ ਵਾਲੀ ਓਵਰੀ ਬਣ ਜਾਂਦੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸਿਸਟ, ਵਾਟਰੀ ਸਿਸਟ ਹੁੰਦੀ ਹੈ, ਐਂਡ ਹੈਮਰੋਇਡ ਸਿਸਟ ਜਿਹਨੂੰ ਆਪਾਂ ਕਹਿੰਦੇ ਹਾਂ, ਖੂਨ ਵਾਲੀਆਂ ਰਸੌਲੀਆਂ ਓਵਰੀ ਦੇ ਵਿੱਚ ਬਣਦੀ ਹੈ। ਹਮੇਸ਼ਾ ਮੇਰੀ ਗੱਲ ਯਾਦ ਰੱਖਿਓ, ਜਦੋਂ ਵੀ ਕਿਸੇ ਨੂੰ ਡਾਕਟਰ ਕਹਿੰਦਾ ਵੀ ਤੁਹਾਡੇ ਹਾਰਮੋਨ ਇੰਬੈਲੈਂਸ ਹੋ ਗਿਆ, PCOD ਹੋ ਗਿਆ, PCOS ਹੋ ਗਿਆ, ਤਾਂ ਤੁਸੀਂ ਯਾਦ ਰੱਖਣੀ ਹੈ ਮੇਰੀ ਇਸ ਗੱਲ, ਮੈਂ ਰੀਲਸ ਵੀ ਬਣਾਵਾਂਗੀ। ਨੋਰਮਲ ਓਵਰੀ ਤੋਂ ਸਾਡੀ ਓਵਰੀ ਇੱਦਾਂ ਬਣ ਗਈ ਹੈ, ਯੂਟਰਸ ਦੇ ਨਾਲ ਹੀ ਅਟੈਚਡ ਪਾਰਟ ਹੁੰਦਾ ਜਿੱਥੇ ਸਾਡੇ ਐਗਸ ਬਣਦੇ ਆ, ਜਦੋਂ ਇੱਦਾਂ ਐਬਨੋਰਮਲ ਹੋ ਜਾਂਦੀ ਹੈ, ਬਬਲਸ ਬਣ ਜਾਂਦੇ ਆ, ਜਿਹੜੇ ਸਾਡੇ ਇਰੈਗੂਲਰ ਪੀਰੀਅਡ ਹੋਣੇ ਸ਼ੁਰੂ ਹੋ ਜਾਂਦੇ, ਕਿਉਂਕਿ ਹਾਰਮੋਨਸ ਉੱਪਰ ਥੱਲੇ ਹੋ ਗਏ। ਹੁਣ ਡਾਕਟਰ ਕਹਿੰਦੇ ਪਾਣੀ ਵਾਲੀ ਰਸੌਲੀ ਹੈ, ਪੀਰੀਅਡਸ ਇਰੈਗੂਲਰ ਹੋ ਗਿਆ, PCOD PCOS ਹੋ ਗਿਆ, ਆਪਣੇ ਹਾਰਮੋਨਸ ਨੂੰ ਬੈਲੈਂਸ ਕਰੋ। ਯਾਦ ਰੱਖਿਓ ਅੰਦਰ ਗੱਠਾਂ ਬਣ ਗਏ। ਕਿਸੇ ਨੂੰ ਵਾਟਰੀ ਫਲਿਊਡ ਹੋ ਸਕਦਾ, ਕਿਸੇ ਨੂੰ ਬਲੱਡ ਵਾਲਾ ਫਲਿਊਡ ਹੋ ਸਕਦਾ, ਜਿਹਨੂੰ ਅਸੀਂ ਹੈਮਰੋਇਡ ਸਿਸਟ ਵੀ ਕਹਿੰਦੇ ਹਾਂ। ਬਹੁਤ ਸਾਰੇ ਮੇਰੇ ਕੋਲ ਕੇਸਿਸ ਆਉਂਦੇ ਆ, ਐਂਡ ਬਿਲੀਵ ਮੀ, ਮੈਂ ਕਿਸੇ ਨੂੰ ਕੋਈ ਦਵਾਈ ਨਹੀਂ ਦਿੰਦੀ, ਦਵਾਈ ਨਾਲ ਠੀਕ ਹੀ ਨਹੀਂ ਹੋਣਾ। ਓਕੇ ਚਲੋ, ਜੇ ਮੈਂ ਹੁਣ ਤੁਹਾਨੂੰ ਕੀ ਕਰਦੇ, ਡਾਕਟਰ ਕਹਿੰਦੇ ਵੀ ਰਸੌਲੀਆਂ ਬਣ ਗਈਆਂ, ਇਰੈਗੂਲਰ ਤੁਹਾਡੇ ਪੀਰੀਅਡ ਹੋ ਗਏ, 21 ਦਿਨ ਵੀ ਆ ਤੁਸੀਂ ਕੋਰਸ ਕਰੋ। ਹੁਣ ਤੁਸੀਂ 21 ਦਿਨ ਦਾ ਕੋਰਸ ਕਰਦੇ ਹੋ, ਆਰਟੀਫਿਸ਼ਲੀ ਥੋੜ੍ਹੀ ਦੇਰ ਲਈ ਰਸਤਾ ਖੁੱਲ ਜਾਂਦਾ, ਪੀਰੀਅਡਸ ਆ ਜਾਂਦੇ, ਫਿਰ ਦਵਾਈ ਬੰਦ, ਫਿਰ ਉੱਦਾਂ ਹੀ। ਇਹ ਤਾਂ ਚੀਜ਼ ਠੀਕ ਨਹੀਂ ਨਾ ਹੋਈ। ਜਦੋਂ ਤੱਕ ਤੁਹਾਡਾ ਇਹ ਵਾਲਾ ਪਾਰਟ ਨੋਰਮਲ ਨਹੀਂ ਹੋਏਗਾ, ਉਦੋਂ ਤੱਕ ਤੁਹਾਡੇ ਕਦੇ ਵੀ ਪੀਰੀਅਡਸ ਰੈਗੂਲਰ ਨਹੀਂ ਹੋਣਗੇ। ਹੁਣ ਮੈਂ ਕੀ ਕਰਦੀ ਹਾਂ, ਮੈਂ ਇਸ ਪਾਰਟ ਨੂੰ ਟੈਂਪਰਰੀ ਠੀਕ ਨਹੀਂ ਕਰਦੀ, ਮੈਂ ਹਮੇਸ਼ਾ ਲਈ ਠੀਕ ਕਰਦੀ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਡਾ ਕੇਸ ਲਿਖਦੀ ਹਾਂ ਵੀ ਤੁਹਾਡੇ ਪੀਰੀਅਡਸ ਇਰੈਗੂਲਰ ਕਿਉਂ ਹੋਏ, ਕਿੰਨੇ ਸਾਲਾਂ ਤੋਂ ਹੋਏ, ਕਿੰਨੇ ਸਾਲਾਂ ਤੋਂ ਤੁਸੀਂ ਦਵਾਈਆਂ ਖਾ ਰਹੇ ਹੋ, ਫਿਰ ਤੁਸੀਂ ਇਸ ਜਿਹੜੀਆਂ ਸਿਸਟ ਹੈ, ਰਸੌਲੀਆਂ ਹੈ, ਇਹਨਾਂ ਨੂੰ ਖਤਮ ਕਰਨ ਦੀ ਮੈਂ ਤੁਹਾਨੂੰ ਡਾਇਟ ਦਿੰਦੀ ਹਾਂ।
ਔਰ ਟੱਚ ਵੁੱਡ ਜਿੰਨੀਆਂ ਵੀ ਕੁੜੀਆਂ ਨੂੰ ਡਾਇਟ ਦਿੱਤੀਆਂ ਸਭ ਦੀਆਂ ਰਸੌਲੀਆਂ ਠੀਕ ਹੋਈਆਂ, ਸਭ ਦੇ ਹਾਰਮੋਨ ਬੈਲੈਂਸ ਹੋਈ ਹੈ, ਪੀਸੀਓਡੀ ਪੀਸੀਓਐਸ ਸਭ ਦੀਆਂ ਪ੍ਰੋਬਲਮਸ ਠੀਕ ਹੋਈਆਂ। ਜਦੋਂ ਇਹ ਸਾਰਾ ਸ਼੍ਰਿੰਕ ਕਰ ਜਾਂਦਾ ਜਿਹੜਾ ਬਬਲੀ ਬਣਿਆ ਹੋਇਆ, ਨੋਰਮਲ ਓਵਰੀਜ ਬਣ ਜਾਂਦੇ ਆ, ਫੋਲੀਕਲਸ ਠੀਕ ਹੋ ਜਾਂਦੇ ਆ, ਅਤੇ ਸਾਡਾ ਜਿਹੜਾ ਬਲੱਡ ਫਲੋ ਹੈ ਨੋਰਮਲ ਹੋਣਾ ਸ਼ੁਰੂ ਹੋ ਜਾਂਦਾ। ਕਿੱਡੀ ਕੁ ਵੱਡੀ ਗੱਲ ਹੈ। ਤੁਸੀਂ ਕੀ ਕਰਦੇ ਹੋ, ਟੈਂਪਰਰੀ ਇਹਨੂੰ ਠੀਕ ਕਰਦੇ ਹੋ, ਰਸਤਾ ਖੋਲਦੇ ਹੋ ਫਿਰ ਬੰਦ ਹੋ ਜਾਂਦਾ, ਰਸਤਾ ਖੋਲਦੇ ਹੋ ਫਿਰ ਬੰਦ ਹੋ ਜਾਂਦਾ। ਅਤੇ ਅਸੀਂ ਇਹਨੂੰ ਅਗਰ ਪਰਮਾਨੈਂਟਲੀ ਖੋਲੀਏ, ਸਾਡੀ ਸਕਿਨ ਵੀ ਅੱਛੀ ਹੋ ਜਾਏਗੀ। ਹੁਣ ਤੁਸੀਂ ਦੇਖੋ, 21 ਦਿਨਾਂ ਲਈ ਤੁਸੀਂ ਇਹਨੂੰ ਖੋਲਣ ਲਈ ਦਵਾਈਆਂ ਖਾਂਦੇ ਹੋ, ਉਹਦੇ ਨਾਲ ਕੀ ਹੁੰਦਾ, ਫੇਸ਼ੀਅਲ ਹੋ ਜਾਂਦੇ ਆ, ਤੁਹਾਡਾ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਕਦੇ ਨੋਟ ਕਰਿਓ ਕਿ ਤੁਹਾਡਾ ਸਡਨ ਵੇਟ ਗੇਨ ਹੋਇਆ, ਸਡਨ ਤੁਹਾਡੇ ਫੇਸ 'ਤੇ ਵਾਲ ਆਉਣੇ ਸ਼ੁਰੂ ਹੋ ਗਏ, ਜਾਂ ਬਾਹਾਂ 'ਤੇ ਤੁਹਾਨੂੰ ਵਾਲ ਆਉਣੇ ਸ਼ੁਰੂ ਹੋ ਗਏ, ਜਾਂ ਥਾਈਸ 'ਤੇ ਜਾਂ ਲੈਗਸ 'ਤੇ ਬੰਦਿਆਂ ਵਾਂਗੂ ਵਾਲ ਆਉਣੇ ਸ਼ੁਰੂ ਹੋ ਗਏ, ਇਸ ਪਾਰਟ 'ਤੇ ਸਡਨਲੀ ਵਾਲ ਆਉਣੇ ਸ਼ੁਰੂ ਹੋ ਗਏ, ਇਹਦਾ ਮਤਲਬ ਯਾਰ ਇੱਥੇ ਪ੍ਰੋਬਲਮ ਹੈ ਸਾਡੇ। ਅਤੇ ਦਵਾਈਆਂ ਖਾ ਰਿਹਾ, ਥੋੜ੍ਹੀ ਦੇਰ ਲਈ ਰਸਤਾ ਖੋਲਦੇ ਪਿਆ, ਆਹ ਤਾਂ ਸੋਚ ਉੱਦਾਂ ਹੀ ਹੈ, ਆਹ ਤਾਂ ਇਹਨੂੰ ਕਿਉਂ ਨਹੀਂ ਠੀਕ ਕਰ ਰਹੇ। ਉਸ ਤੋਂ ਬਾਅਦ ਆਹ ਤੁਹਾਨੂੰ ਦਿਖ ਰਿਹਾ, ਦਿਸ ਇਜ਼ ਫਾਈਬਰੋਇਡਸ, ਜਿਨ੍ਹਾਂ ਨੂੰ ਕਹਿੰਦੇ ਨਾ ਕਿ ਦੀਦੀ ਮੈਨੂੰ ਫਾਈਬਰੋਇਡਸ ਹੋ ਗਏ, ਕਿੱਥੇ ਹੁਣ ਤੁਹਾਨੂੰ ਫਾਈਬਰੋਇਡਸ ਹੋ ਗਏ, ਮੈਂ ਤੁਹਾਨੂੰ ਦੱਸਦੀ ਹਾਂ, ਸਿਸਟ ਬਣਦੀ ਹੈ ਓਵਰੀਜ਼ ਦੇ ਵਿੱਚ, ਫਾਈਬਰੋਇਡ ਬਣਦੀ ਹੈ ਯੂਟਰਸ ਦੇ ਵਿੱਚ, ਜਿੱਥੇ ਸਾਡਾ ਬੇਬੀ ਸਟੇ ਕਰਦਾ ਹੈ 9 ਮੰਥ। ਹੁਣ ਜਿਹੜੀ ਤੁਹਾਨੂੰ ਇਹ ਵਾਈਟ ਵਾਲੀ ਚੀਜ਼ ਦਿਖਾਈ ਦੇ ਰਹੀ ਹੈ, ਦਿਸ ਇਜ਼ ਕਾਲਡ ਫਾਈਬਰੋਇਡ। ਇਸ ਫਾਈਬਰੋਇਡ ਨੂੰ ਵੀ ਅਸੀਂ ਸ਼੍ਰਿੰਕ ਕਰ ਸਕਦੇ ਹਾਂ ਜਿਵੇਂ ਜਿਵੇਂ ਇਹ ਵੱਧਦਾ ਜਾਏਗਾ। ਮੰਨ ਲਓ ਹੁਣ ਜਿਵੇਂ ਕਨਿਕਾ ਦੇ ਕੇਸ 'ਚ ਕੀ ਸੀਗਾ, ਇੱਥੇ ਬੇਬੀ ਸੀਗਾ, ਇੱਥੇ ਫਾਈਬਰੋਇਡ ਸੀਗਾ 10 ਸੈਂਟੀਮੀਟਰ ਦਾ, ਬਟ ਡਾਕਟਰਸ ਨੇ ਕਿਹਾ ਸੀਗਾ ਵੀ ਕੋਈ ਵੀ ਕੰਪਲੀਕੇਸ਼ਨ ਆ ਸਕਦੀ ਹੈ। ਡਾਕਟਰਸ ਹਮੇਸ਼ਾ ਸਾਨੂੰ ਦੱਸਦੇ ਕਿ ਇੱਦਾਂ ਹੋ ਸਕਦਾ, ਬਟ ਸਾਨੂੰ ਇਹ ਵੀ ਤਾਂ ਕਹਿ ਸਕਦੇ ਕਿ ਆਪਣੀ ਡਾਇਟ ਚੇਂਜ ਕਰੋ, ਲਾਈਫ ਸਟਾਈਲ ਚੇਂਜ ਕਰੋ, ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਮੈਂ ਇੱਕ ਨਹੀਂ, ਬਹੁਤ ਸਾਰੀਆਂ ਗਰਲਸ ਹੈ ਜਿਨ੍ਹਾਂ ਦੇ ਫਾਈਬਰੋਇਡ ਸ਼੍ਰਿੰਕ ਹੋਏ, ਨੋਰਮਲ ਡਿਲੀਵਰੀ ਹੋਈ ਹੈ, ਕੰਸੀਵ ਨਹੀਂ ਸੀ ਹੁੰਦਾ, ਬੜੇ ਸਾਲਾਂ ਤੋਂ ਦਵਾਈਆਂ ਖਾਂਦੇ ਸੀ, ਬੜੇ ਸਾਲਾਂ ਤੋਂ ਬੜੇ ਕੋਰਸ ਕਰਦੇ ਸੀਗੇ, ਲੇਕਿਨ ਨਹੀਂ ਸੀ ਠੀਕ ਹੁੰਦੇ। ਦੈਨ ਸਤਿ ਸ਼੍ਰੀ ਅਕਾਲ ਮੋਨਿਕਾ ਜੀ, ਹੈਪੀ ਵੂਮਨ ਡੇ, ਕਿਵੇਂ ਹੋ ਤੁਸੀਂ, ਠੀਕ ਹੋ। ਐਂਡਰੋਮੈਟਰੀਓਸਿਸ ਵਿੱਚ ਕੀ ਹੁੰਦਾ, ਮੈਂ ਤੁਹਾਨੂੰ ਆਲਵੇਜ਼ ਵੀਡੀਓ ਵੀ ਬਣਾਈ ਹੋਈ ਹੈ, ਜਾਂ ਤਾਂ ਪੀਰੀਅਡਸ ਆਉਂਦੇ ਨੇ, ਜਾਂ ਤਾਂ ਹੈਵੀ ਫਲੋ ਹੁੰਦਾ, ਬਹੁਤ ਜ਼ਿਆਦਾ ਫਲੋ ਹੁੰਦਾ, ਔਰ ਇੰਨੀ ਕੁ ਪੇਨ ਹੁੰਦੀ ਹੈ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਹੈ। ਐਂਡਰੋਮੈਟਰੀਓਸਿਸ ਕੀ ਹੁੰਦਾ, ਜਦੋਂ ਆ ਦੇਖੋ ਇਹ ਸਾਡੇ ਯੂਟਰਸ ਦੀ ਲਾਈਨਿੰਗ ਹੈ, ਠੀਕ ਹੈ, ਇਹ ਨੋਰਮਲ ਲਾਈਨਿੰਗ ਹੈ, ਤੁਹਾਨੂੰ ਦਿਖ ਰਹੀ ਹੋਏਗੀ, ਅਤੇ ਜਦੋਂ ਇਹ ਲਾਈਨਿੰਗ ਥੋੜ੍ਹੀ ਵੱਡੀ ਬਣ ਜਾਂਦੀ ਹੈ, ਆਹ ਦੇਖੋ ਅਨੋਰਮਲ ਲਾਈਨਿੰਗ ਹੈ, ਦਿਸ ਇਜ਼ ਨੋਰਮਲ ਲਾਈਨਿੰਗ, ਆਹ ਦੇਖੋ ਇਹ ਥੋੜ੍ਹੀ ਵੱਡੀ ਬਣ ਗਈ ਨਾ, ਔਰ ਇਹਦੇ ਵਿੱਚ ਫਾਈਬਰੋਇਡਸ ਹੋ ਗਏ, ਦਿਸ ਇਜ਼ ਕਾਲਡ ਐਂਡਰੋਮੈਟਰੀਓਸਿਸ। ਆਹ ਦੇਖੋ ਮੈਂ ਸਾਰਾ ਇੱਥੇ ਲਿਖਿਆ ਹੋਇਆ, ਐਂਡਰੋਮੈਟਰੀਓਸਿਸ, ਸਾਨੂੰ ਕੰਸੀਵ ਕਰਨ 'ਚ ਪ੍ਰੋਬਲਮ ਆਉਂਦੀ ਹੈ, ਬਾਰ ਬਾਰ ਸਾਡੇ ਅਬੋਰਸ਼ਨਸ ਹੁੰਦੇ ਰਹਿੰਦੇ ਆ, ਬੇਬੀ ਕੰਸੀਵ ਕਰਦਾ ਅਬੋਰਸ਼ਨ ਹੋ ਗਿਆ, ਬੇਬੀ ਕੰਸੀਵ ਕਰਦਾ ਕਿਉਂਕਿ ਯੂਟਰਸ ਵਿੱਚ ਫਾਈਬਰੋਇਡ ਹੈ, ਯੂਟਰਸ 'ਚ ਪ੍ਰੋਬਲਮ ਹੈ, ਜਾਂ ਐਂਡਰੋਮੈਟਰੀਓਸਿਸ, ਇੱਥੇ ਫਾਈਬਰੋਇਡ ਸਾਡੇ ਬਣ ਗਏ, ਇਹ ਦੇਖੋ, ਔਰ ਇਹ ਹੈ ਐਂਡਰੋਮੈਟਰੀਓਸਿਸ, ਜਿੱਥੇ ਜਿੱਥੇ ਐਂਡਰੋਮੈਟਰੀਓਸਿਸ ਦਾ ਬਲੱਡ ਜਾ ਕੇ ਰੁਕਦਾ, ਉੱਥੇ ਉੱਥੇ ਸੈੱਲ ਇੰਪਲਾਂਟ ਹੋਣੇ ਸ਼ੁਰੂ ਹੋ ਜਾਂਦੇ ਆ, ਫਲੋਪੀਅਨ ਟਿਊਬਸ 'ਤੇ, ਹੈ ਨਾ, ਜਿੱਥੇ ਵੀ ਰੁਕਦਾ ਇੰਪਲਾਂਟ ਹੁੰਦੇ ਆ, ਔਰ ਪੈਲਵਿਕ ਏਰੀਆ 'ਚ ਗਰੋ ਕਰਦੇ, ਔਰ ਜਾ ਕੇ ਆਹ ਦੇਖੋ ਨਾ ਐਂਡਰੋਮੈਟਰੀਓਸਿਸ ਇੱਥੇ ਬਣੇ ਹੋਏ, ਆਹ ਬਲੈਕ ਬਲੈਕ ਬਣੇ ਹੋਏ, ਇੱਥੇ ਬਣੇ ਹੋਏ, ਇੱਥੇ ਬਣੇ ਹੋਏ, ਆਹ ਦੇਖੋ। ਇਹਦੇ ਕਰਕੇ ਸਾਨੂੰ ਸਵੇਅਰ ਪੇਨ ਹੁੰਦੀ ਹੈ, ਬਰਦਾਸ਼ਤ ਨਹੀਂ ਹੁੰਦੀ ਹੈ। ਮੈਨੂੰ ਯਾਦ ਹੈ ਮੇਰੇ ਕੋਈ ਕਲਾਇੰਟ ਹੈ, ਮੇਰੀ ਭੈਣ, ਸ਼ੀ ਇਜ਼ ਫਰੋਮ ਕੈਨੇਡਾ, ਵੈਸੇ ਕਾਫੀ ਮੇਰੀਆਂ ਭੈਣਾਂ, ਉਹਨਾਂ ਨੇ ਕੈਨੇਡਾ ਦਾ ਕੋਈ ਹੋਸਪਿਟਲ ਨਹੀਂ ਸੀ ਛੱਡਿਆ, ਐਂਡ ਸ਼ੀ ਸੈਡ ਕਿ ਐਂਡਰੋਮੈਟਰੀਓਸਿਸ ਦਾ ਨੋ ਕਿਓਰ ਹੈ, ਬਿਲਕੁਲ ਨੋ ਕਿਓਰ ਹੈ, ਗੂਗਲ ਦੇ ਉੱਤੇ ਵੀ ਲਿਖਿਆ ਹੋਇਆ ਨੋ ਕਿਓਰ ਹੈ। ਬਟ ਅਗਰ ਤੁਸੀਂ ਉਹਨਾਂ ਦੇ ਫੀਡਬੈਕ ਦੇਖੋ, ਇੱਕ ਨਹੀਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਐਂਡਰੋਮੈਟਰੀਓਸਿਸ ਹਮੇਸ਼ਾ ਲਈ ਠੀਕ ਹੋ ਗਿਆ, ਰੈਗੂਲਰ ਪੀਰੀਅਡ ਆਉਂਦੇ, ਬਿਲਕੁਲ ਵੀ ਪੇਨ ਨਹੀਂ ਹੁੰਦੀ ਹੈ, ਪਹਿਲਾਂ ਜਿੱਦਾਂ ਬਹੁਤ ਜ਼ਿਆਦਾ ਫਲੋ ਆਉਂਦਾ ਸੀਗਾ, ਓਵਰਫਲੋ ਆਉਂਦਾ ਸੀਗਾ, ਚੱਕਰ ਆਉਂਦੇ ਸੀਗੇ, ਕੰਮ 'ਤੇ ਨਹੀਂ ਸੀ ਜਾ ਸਕਦੀ, ਗਿਰ ਜਾਂਦੀ ਸੀਗੀ, ਕਈ ਵਾਰੀ ਚੱਕਰ ਖਾ ਕੇ ਕੰਮ 'ਤੇ ਵੀ ਗਿਰ ਗਈ, ਬਿਲਕੁਲ ਨੋਰਮਲ ਹੋ ਗਈ, ਬਿਲਕੁਲ ਮੈਂ ਕਹਿੰਦੀ ਹਾਂ 3 ਮੰਥਸ ਦੇ ਅੰਦਰ ਹੀ ਨੋਰਮਲ ਹੋ ਗਈ। ਸੋ ਹਮੇਸ਼ਾ ਇੱਕ ਗੱਲ ਯਾਦ ਰੱਖਣਾ, ਫੇਸ ਖਰਾਬ ਹੋ ਰਿਹਾ ਜਾਂ ਫਿਰ ਤੁਹਾਡੇ ਹੇਅਰ ਫਾਲ ਹੋ ਰਿਹਾ, ਫੇਸ਼ੀਅਲ ਹੇਅਰ ਆ ਰਿਹਾ, ਪਿਗਮੈਂਟੇਸ਼ਨ ਹੋ ਰਹੀ ਹੈ, ਸਾਰੀ ਪ੍ਰੋਬਲਮ ਔਰਤਾਂ ਦੇ ਇੱਥੋਂ ਸ਼ੁਰੂ ਹੁੰਦੀ ਹੈ, ਜਦੋਂ ਸਾਡੇ ਹਾਰਮੋਨ ਇੰਬੈਲੈਂਸ ਹੁੰਦੇ, ਪਿਟਿਊਟਰੀ ਗਲੈਂਡ ਜਦੋਂ ਸਿਗਨਲ ਦਿੰਦਾ ਹੈ ਸਾਨੂੰ ਅੰਦਰੋਂ ਸਾਡੇ ਯੂਟਰਸ ਨੂੰ, ਉਦੋਂ ਸਾਡੇ ਹਾਰਮੋਨ ਇੰਬੈਲੈਂਸ ਹੋ ਜਾਂਦੇ ਹੈ, ਐਂਡ ਦੈਨ ਇਹ ਸਾਰੀਆਂ ਪ੍ਰੋਬਲਮ ਸਾਨੂੰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਐਂਡ ਕੁਛ ਚੀਜ਼ਾਂ ਮੈਂ ਲਿਖੀਆਂ ਹੋਈਆਂ ਯੂਟਰਸ ਰਿਲੇਟਿਡ, ਜਿਹੜੀਆਂ ਪ੍ਰੋਬਲਮਸ ਮੈਂ ਲਿਖੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ। ਸਤਿ ਸ਼੍ਰੀ ਅਕਾਲ ਰਿੰਕੂ ਜੀ, ਹੈਪੀ ਵੂਮਨ ਡੇ, ਹੋਪ ਸਾਰੀਆਂ ਭੈਣਾਂ ਠੀਕ ਹੋਣਗੀਆਂ। ਹਾਂਜੀ, ਸੋ ਯੂਟਰਸ ਰਿਲੇਟਿਡ ਜਿਹੜੀਆਂ ਜਿਹੜੀਆਂ ਵੀ ਪ੍ਰੋਬਲਮ ਸਾਨੂੰ ਫੀਮੇਲ ਨੂੰ
ਫੇਸ ਕਰਨੀਆਂ ਪੈਂਦੀਆਂ ਉਹ ਹੈ ਯੂਟਰਸ ਕੈਂਸਰ, ਪੈਲਵਿਕ ਪ੍ਰੈਸ਼ਰ, ਪੈਲਵਿਕ ਏਰੀਆ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਆਉਣਾ ਸ਼ੁਰੂ ਹੋ ਜਾਂਦਾ, ਐਂਡਰੋਮੈਟਰੀਅਲ ਪੋਲਿਪ, ਜਿੱਦਾਂ ਕਿ ਆਹ ਦੇਖੋ, ਅਗਰ ਤੁਸੀਂ ਦੇਖੋਗੇ ਆਹ ਬਰਾਊਨ ਕਲਰ ਦੇ ਤੁਸੀਂ ਸਪੋਟ ਦੇਖ ਰਹੇ ਹੋ, ਦਿਸ ਇਜ਼ ਕਾਲਡ ਐਂਡਰੋਮੈਟਰੀਅਲ ਪੋਲਿਪ. ਕੈਨ ਯੂ ਸੀ ਦਿਸ, ਦ ਬਰਾਊਨ ਵਨ, ਆ ਬਰਾਊਨ ਪੈਚਿਸ ਦੇਖ ਰਹੇ ਹੋ ਤੁਸੀਂ ਯੂਟਰਸ ਦੇ ਅੰਦਰ. ਵਾਈਟ ਇਜ਼ ਫਾਈਬਰੋਇਡ, ਦਿਸ ਇਜ਼ ਐਂਡਰੋਮੈਟਰੀਅਲ ਪੋਲਿਪ. ਫ੍ਰੀਕੁਐਂਟ ਯੂਰੀਨੇਸ਼ਨ ਹੋਣਾ, ਬਹੁਤ ਜ਼ਿਆਦਾ ਸੁੱਸੂ ਆਉਣਾ, ਥੋੜ੍ਹੀ ਥੋੜ੍ਹੀ ਦੇਰ ਬਾਅਦ ਆਉਣਾ, ਕਾਲ ਪੈਣੀ, ਕੌਂਸਟੀਪੇਸ਼ਨ ਹੋਣੀ, ਸਰਵਾਈਕਲ ਕੈਂਸਰ ਹੋਣਾ, ਦਿਸ ਇਜ਼ ਸਰਵਿਕਸ, ਦਿਸ ਇਜ਼ ਸਰਵਿਕਸ. ਸ਼ੋਰ ਸ਼ੋਰ ਅਮਨ. ਪ੍ਰੋਲੈਪਸ ਯੂਟਰਸ, ਯੂਟਰਸ ਦਾ ਪ੍ਰੋਲੈਪਸ ਹੋ ਜਾਣਾ, ਇਨਫਰਟੀਲਿਟੀ ਦੀ ਪ੍ਰੋਬਲਮ ਆਉਣੀ, ਬੇਬੀ ਕੰਸੀਵ ਨਹੀਂ ਹੋ ਪਾਉਣਾ, ਬਹੁਤ ਸਾਲਾਂ ਤੋਂ ਟਰਾਈ ਕਰ ਰਹੇ, ਐਬਨੋਰਮਲ ਬਲੀਡਿੰਗ ਹੋਣੀ, ਐਬਨੋਰਮਲ ਵਜਾਈਨਲ ਡਿਸਚਾਰਜ ਹੋਣਾ, ਇਰੈਗੂਲਰ ਪੀਰੀਅਡਸ ਹੋਣਾ, ਓਵੇਰੀਅਨ ਕੈਂਸਰ ਹੋਣਾ, ਜਦੋਂ ਸਾਡੇ ਇਹ ਪਾਰਟ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਕਿਤੇ ਵੀ ਆਉਂਦੀ ਹੈ. ਅਗਰ ਤੁਹਾਨੂੰ ਵੀ ਲੱਗਦਾ, ਮੈਨੂੰ ਪਲੀਜ਼ ਇਸ ਵੀਡੀਓ ਦੇ ਨੀਚੇ ਬਿਕੋਜ਼ ਦੱਸਦੇ ਹੋਏ ਮੈਂ ਕਈਆਂ ਦੇ ਮੈਸੇਜ ਮਿਸ ਕਰ ਦਿੱਤੇ ਹੋਣਗੇ, ਅਗਰ ਤੁਹਾਡੇ ਵੀ ਜਿਹੜੀ ਓਵਰੀ ਹੈ ਅਬਨੋਰਮਲ ਹੈ ਇੱਦਾਂ ਦੀ, ਤਾਂ ਮੈਨੂੰ ਇਸ ਵੀਡੀਓ ਦੇ ਨੀਚੇ ਜ਼ਰੂਰ ਦੱਸਣਾ. ਮੈਂ ਦੇਖਣਾ ਚਾਹੁੰਦੀ ਹਾਂ ਕਿਹੜੀਆਂ ਕਿਹੜੀਆਂ ਭੈਣਾਂ ਦੇ ਹਾਰਮੋਨ ਇੰਬੈਲੈਂਸ ਹੈ, ਪੀਸੀਓਡੀ ਹੈ, ਪੀਸੀਓਐਸ ਹੈ. ਅਗਰ ਤੁਹਾਨੂੰ ਡਾਕਟਰ ਨੇ ਕਿਹਾ ਤਾਂ ਜਦੋਂ ਹੀ ਤੁਹਾਨੂੰ ਡਾਕਟਰ ਕਹਿੰਦਾ ਤਾਂ ਯਾਦ ਰੱਖਿਓ ਤੁਹਾਡੀ ਓਵਰੀ ਅਬਨੋਰਮਲ, ਬਬਲੀ ਬਬਲੀ ਹੋ ਗਈ ਹੈ, ਬਬਲਸ ਬਣ ਗਿਆ, ਦਿਸ ਇਜ਼ ਦ ਨੋਰਮਲ ਓਵਰੀ ਫੋਲੀਕਲਸ. ਐਂਡ ਐਬਨੋਰਮਲ ਐਬਡੋਮਿਨ ਚ ਪੇਨ ਹੋਣਾ, ਲੋਅਰ ਬੈਕ ਪੇਨ ਹੋਣਾ, ਇਨਫਰਟੀਲਿਟੀ ਦੀ ਪ੍ਰੋਬਲਮ, ਅਰਲੀ ਮਿਸਕੈਰੇਜ ਹੋਣਾ, ਬਹੁਤ ਜ਼ਿਆਦਾ ਮੂਡ ਸਵਿੰਗ ਹੋਣਾ, ਬਲੀਡਿੰਗ ਹੋਣਾ, ਜਾਂ ਤੁਸੀਂ ਜਦੋਂ ਵੀ ਕਦੀ ਟੱਚ ਕਰਦੇ ਤੁਸੀਂ ਦੇਖਦੇ ਵੀ ਇੱਥੇ ਕੋਈ ਗੰਢ ਬਣੀ ਹੋਈ ਹੈ ਕਿਤੇ ਨਾ ਕਿਤੇ, ਉਹ ਦੇਖਣਾ. ਐਂਡ ਯੈਸ, ਮੈਂ ਤੁਹਾਨੂੰ ਦੱਸਾਂਗੀ ਕਿਹੜੇ ਕਿਹੜੇ ਤੁਸੀਂ ਫਰੂਟਸ ਖਾਣੇ ਆ, ਕਿਹੜੀ ਕਿਹੜੀ ਸਬਜ਼ੀਆਂ ਖਾਣੀਆਂ. ਇਹਦਾ ਕੋਈ ਰੀਜ਼ਨ ਨਹੀਂ ਹੁੰਦਾ. ਅੱਜ ਕੱਲ੍ਹ ਨਾ ਸਾਡੀ ਜਿਹੜੀ ਬੋਡੀ ਇੱਦਾਂ ਦੀ ਬਣੀ ਹੋਈ ਹੈ, ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਕਦੋਂ ਕਿਹੜੀ ਪ੍ਰੋਬਲਮ ਕਿੱਥੋਂ ਆ ਜਾਂਦੀ ਹੈ. ਤੁਸੀਂ ਬਿਲੀਵ ਨਹੀਂ ਕਰੋਗੇ, ਅੱਜ ਕੱਲ੍ਹ ਦੀ ਡੇਟ ਵਿੱਚ ਅਗਰ ਤੁਹਾਡੇ ਪੀਰੀਅਡਸ ਇੱਕ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਤੋਂ ਬਾਅਦ ਇਰੈਗੂਲਰ ਹੋ ਰਹੇ ਹੈ ਨਾ, ਤਾਂ ਪਲੀਜ਼ ਜਲਦੀ ਜਾ ਕੇ ਡਾਕਟਰ ਨੂੰ ਚੈੱਕ ਕਰਾਇਆ ਕਰੋ, ਆਪਣੀ ਡਾਇਟ ਨੂੰ ਠੀਕ ਕਰਿਆ ਕਰੋ, ਕਿਉਂਕਿ 34 ਦੀ ਏਜ ਵਿੱਚ ਵੀ ਮੈਨੋਪੌਜ਼ ਹੋ ਰਿਹਾ ਕੁੜੀਆਂ ਨੂੰ. ਉਸ ਜ਼ਮਾਨੇ ਚਲੇ ਗਏ ਜਦੋਂ 50, 52, 55 ਦੀ ਏਜ ਵਿੱਚ ਪੀਰੀਅਡਸ ਆਉਂਦੇ ਹੁੰਦੇ ਸੀਗੇ, 34 ਦੀ ਏਜ ਵਿੱਚ ਵੀ ਮੈਨੋਪੌਜ਼ ਹੋ ਰਿਹਾ. ਇਮੈਜਿਨ ਕਰੋ ਮੈਨੋਪੌਜ਼ ਹੋ ਜਾਏਗਾ ਤਾਂ ਅੱਗੇ ਜਨਰੇਸ਼ਨ ਕਿਵੇਂ ਵਧੇਗੀ, ਬੱਚੇ ਕਿਵੇਂ ਹੋਣਗੇ. ਮੈਂ ਦੱਸਦੀ, ਇੱਕ ਮੇਰੀ ਸਿਸਟਰ ਹੈ, ਸ਼ੀ ਇਜ਼ ਫਰੋਮ ਹੈਦਰਾਬਾਦ, ਸ਼ੀ ਇਜ਼ 50+. ਜਦੋਂ ਉਹਨਾਂ ਨੇ ਮੇਰੇ ਤੋਂ ਡਾਇਟ ਲਿੱਤੀ 15 ਦਿਨ ਹੋ ਗਏ, ਉਹਨਾਂ ਨੇ ਕਿਹਾ ਕਿ ਗੁਰਲੀਨ ਮੈਮ, ਮੇਰੇ ਪੀਰੀਅਡਸ, ਮੈਨੂੰ ਮੈਨੋਪੌਜ਼ ਹੋ ਗਿਆ, ਮੇਰੇ ਪੀਰੀਅਡਸ ਬੰਦ ਹੋ ਗਏ ਹੈ, ਔਰ ਮੈਂ ਡਾਇਟ ਲੈਣਾ ਚਾਹੁੰਦੀ ਹਾਂ. ਬੜੀ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਹੈ, ਐਸਿਡ ਰਿਫਲੈਕਸ ਹੁੰਦਾ, ਬੜੀ ਜ਼ਿਆਦਾ ਪ੍ਰੋਬਲਮ ਸੀਗੇ. ਮੈਂ ਉਹਨਾਂ ਕਿਹਾ ਕੋਈ ਗੱਲ ਨਹੀਂ, ਤੁਸੀਂ ਡਾਇਟ ਸ਼ੁਰੂ ਕਰੋ, ਤੁਹਾਡੇ ਪੀਰੀਅਡਸ ਵੀ ਆ ਜਾਣਗੇ. ਸਤਿ ਸ਼੍ਰੀ ਅਕਾਲ ਸ਼ੀਨਾ ਜੀ, ਹੈਪੀ ਵੁਮੈਨ ਡੇ, ਕਿੱਦਾਂ ਮੇਰੀ ਭੈਣ. ਸੋ ਜਿੱਦਾਂ ਹੀ ਉਹਨਾਂ ਨੇ ਡਾਇਟ ਲਿੱਤੀ, ਮੈਂ ਕੱਲ੍ਹ ਪਰਸੋਂ ਦਾ ਫੀਡਬੈਕ ਸ਼ੇਅਰ ਕੀਤਾ ਸੀਗਾ, ਤੁਸੀਂ ਬਿਲੀਵ ਨਹੀਂ ਕਰੋਗੇ ਕਿ ਉਹਨਾਂ ਦੇ ਪੀਰੀਅਡਸ ਆ ਗਏ ਐਟ ਦ ਏਜ ਆਫ 50. ਐਂਡ ਸ਼ੀ ਵਾਜ਼ ਸ਼ੌਕਡ, ਸ਼ੀ ਟੋਲਡ ਕਿ ਯਾਰ ਡਾਕਟਰ ਨੇ ਮੈਨੂੰ ਕਿਹਾ ਸੀ ਤੁਹਾਨੂੰ ਮੈਨੋਪੌਜ਼ ਹੋ ਗਿਆ, ਮੈਨੂੰ ਪੀਰੀਅਡ ਕਿੱਦਾਂ ਆ ਗਏ. ਮੈਂ ਕਿਹਾ ਇਹੀ ਤਾਂ ਹੈ ਨੈਚੁਰਲ ਡਾਇਟ ਦਾ ਕਮਾਲ. ਅਰੇ ਇੱਕ ਮੇਰੀ ਸਿਸਟਰ, 8 ਮਹੀਨੇ ਹੋ ਗਏ ਸੀਗੇ ਉਹਨਾਂ ਨੇ ਬੇਬੀ ਕੰਸੀਵ ਕਰਨਾ, ਅਗਲਾ ਪਹਿਲੇ ਉਹਨਾਂ ਕੋਲ ਡਾਟਰ ਹੈ ਅਤੇ ਗਾਂ ਉਹਨਾਂ ਨੇ ਬੇਟਾ ਕੰਸੀਵ ਕਰਨਾ, ਥੋੜ੍ਹਾ ਫੈਮਿਲੀ ਪ੍ਰੈਸ਼ਰ ਹੈ. ਅਤੇ 8 ਮਹੀਨੇ ਹੋ ਗਏ ਸੀਗੇ ਡਾਕਟਰਾਂ ਨੇ, ਔਰ ਇੰਡੀਆ ਆਏ, ਪੰਜਾਬ ਆਏ, ਅਤੇ ਕਿਸੇ ਡਾਕਟਰ ਨੇ ਕਿਹਾ ਵੀ ਬੇਟਾ ਤੇਰਾ ਤਾਂ ਕੰਮ ਹੋ ਗਿਆ, ਸ਼ੀ ਇਜ਼ ਜਸਟ 36, 37. ਐਂਡ ਸ਼ੀ ਵਾਜ਼ ਕਰਾਈਂਗ ਔਨ ਫੋਨ ਕਿ ਗੁਰਲੀਨ ਦੀਦੀ, ਮੈਨੂੰ ਤਾਂ ਡਾਕਟਰ ਨੇ ਇੱਦਾਂ ਕਿਹਾ ਕਿ ਬੇਟਾ ਤੇਰਾ ਕੰਮ ਹੋ ਗਿਆ. ਮੈਂ ਬੜੀ ਜ਼ਿਆਦਾ ਡਿਪਰੈਸਡ ਹੋ ਗਈ. ਮੈਂ ਕਿਹਾ ਜਾਂ ਤਾਂ ਡਾਕਟਰਾਂ ਦੀ ਸੁਣ ਲਾ ਅਤੇ ਜਾਂ ਤੂੰ ਮੇਰੀ ਸੁਣ ਲਾ, ਜਾਂ ਉਸ ਸੱਚੇ ਪਾਤਸ਼ਾਹ ਉਸ ਰੱਬ ਦੀ ਸੁਣ ਲਾ. ਸਾਰੀ ਦੁਨੀਆਂ ਦੇ ਡਾਕਟਰ ਇੱਕ ਪਾਸੇ, ਸਭ ਤੋਂ ਵੱਡਾ ਡਾਕਟਰ ਉਹ ਪਰਮਾਤਮਾ ਹੈ ਜਿਹੜਾ ਉੱਤੇ ਬੈਠਾ ਹੈ, ਉਹਦੇ ਹੱਥ ਵਿੱਚ ਸਾਡੇ ਸਾਰਿਆਂ ਦੀ ਜ਼ਿੰਦਗੀ ਹੈ. ਕਿਸੇ ਇੱਕ ਬੰਦੇ ਦੇ ਹੱਥ ਆਪਣੀ ਜ਼ਿੰਦਗੀ ਨਹੀਂ ਹੁੰਦੀ, ਕਿਸੇ ਇੱਕ ਡਾਕਟਰ ਦੇ ਹੱਥ ਨਹੀਂ ਹੁੰਦੀ. ਜੇ ਉਹ ਚਾਹੇ ਤਾਂ ਪਲਾਂ ਵਿੱਚ ਇੱਦਾਂ ਹੋ ਸਕਦਾ, ਪਲਾਂ ਵਿੱਚ ਇੱਦਾਂ ਹੋ ਸਕਦਾ. ਉਸ ਡਾਕਟਰ 'ਤੇ ਯਕੀਨ ਰੱਖਿਆ ਕਰੋ, ਖੁਸ਼ ਰਿਹਾ ਕਰੋ, ਡਾਇਟ ਅੱਛੀ ਕਰਿਆ ਕਰੋ, ਆਪਣੇ ਹੋਰਮੋਨਸ ਨੂੰ ਬੈਲੈਂਸ ਤੁਸੀਂ ਰੱਖਣਾ, ਇਹ ਤਾਂ ਚੀਜ਼ਾਂ ਤੁਹਾਡੇ ਹੱਥ 'ਚ ਹੈਗੀਆਂ ਨਾ. ਐਂਡ ਤੁਸੀਂ ਬਿਲੀਵ ਨਹੀਂ ਕਰੋਗੇ. ਸਤਿ ਸ਼੍ਰੀ ਅਕਾਲ ਲਵਲੀਨ, ਹੈਪੀ ਵੂਮਨ ਡੇ, ਜਿਹੜੀਆਂ ਜਿਹੜੀਆਂ ਪੜਾਈ ਜਾਂਦੀਆਂ. ਸੋ 8 ਮਹੀਨਿਆਂ ਬਾਅਦ ਉਸ ਭੈਣ ਨੇ ਡਾਇਟ ਸ਼ੁਰੂ ਕੀਤੀ, ਐਂਡ ਉਹਦੇ ਪੀਰੀਅਡ ਆ ਗਏ, ਜਿਹਨੂੰ ਥੋੜ੍ਹੇ ਦਿਨ ਪਹਿਲਾਂ ਡਾਕਟਰ ਨੇ ਕਹਿਤਾ ਸੀਗਾ ਤੇਰਾ FSH ਲੈਵਲ ਬਹੁਤ ਜ਼ਿਆਦਾ ਹੋ ਗਿਆ, ਤੇਰਾ ਤੇ ਬੇਟਾ ਕੰਮ ਹੋ ਗਿਆ. ਜਿਹਨੂੰ ਉਹ ਰੱਖਦਾ ਹੈ ਨਾ, ਉਹਨੂੰ ਦੁਨੀਆਂ 'ਚ ਕੋਈ ਬੰਦਾ ਨਹੀਂ ਮਾਰ ਸਕਦਾ. ਮੇਰੇ 'ਤੇ ਵੀ ਯਕੀਨ ਨਾ ਕਰੋ, ਮੈਂ ਵੀ ਤੁਹਾਡੇ ਸਾਰਿਆਂ ਵਰਗੀ ਕੁੜੀ ਹਾਂ, ਮੈਂ ਤਾਂ ਆਪ ਬਿਮਾਰ ਹੋ ਗਈ ਹਾਂ ਪੰਜਾਬ ਜਾ ਕੇ. ਸੋ ਮੇਰੇ 'ਤੇ ਵੀ ਯਕੀਨ ਨਹੀਂ ਕਰਨਾ, ਸਿਰਫ ਯਕੀਨ ਕਰਨਾ ਸੱਚੇ ਪਾਤਸ਼ਾਹ ਦੇ ਉੱਤੇ. ਅੰਮ੍ਰਿਤ ਵੇਲੇ ਉੱਠੋ, ਪਾਠ ਕਰੋ, ਸੈਰ ਕਰੋ, ਵਧੀਆ ਡਾਇਟ ਖਾਓ, ਲਾਈਫ ਸਟਾਈਲ ਵਧੀਆ ਰੱਖੋ, ਦਿਮਾਗ ਨੂੰ ਠੰਡਾ ਰੱਖੋ, ਚੰਗਾ ਸੋਚੋ. ਦੁਨੀਆਂ ਕੁਛ ਵੀ ਕਹਿ ਦੇਵੇ, ਤੇਰੇ ਬੱਚਾ ਨਹੀਂ ਹੋਏਗਾ, ਤੇਰੇ ਹਾਰਮੋਨ ਇੰਬੈਲੈਂਸ ਹੋ ਗਏ ਆ, ਤੈਨੂੰ ਇਹ ਹੋ ਗਿਆ, ਤੈਨੂੰ ਉਹ ਹੋ ਗਿਆ, ਉਹਦਾ ਲੜ ਫੜੋ. ਅੰਮ੍ਰਿਤ ਵੇਲੇ ਉੱਠੋ, ਪਾਠ ਕਰੋ, ਸੱਚੇ ਪਾਤਸ਼ਾਹ ਅੱਗੇ ਝੋਲੀ ਅੱਡੋ. ਕਿਵੇਂ ਨਹੀਂ ਸਾਰੇ ਕੰਮ ਹੁੰਦੇ? ਇਹੋ ਜਿਹੇ ਕੇਸਿਸ ਮੇਰੇ ਕੋਲ ਆ ਜਾਂਦੇ ਵੀ ਜਿੱਥੇ ਦੁਨੀਆਂ ਦੇ ਹਰ ਡਾਕਟਰ ਨੇ ਜਵਾਬ ਦੇ ਦਿੱਤਾ,
ਡਾਇਟ ਖਾਂਦੇ ਆ, ਲਾਈਫ ਸਟਾਈਲ ਚੇਂਜ ਕਰਦੇ ਆ, ਪਾਠ ਕਰਦੇ ਆ, ਸਾਰੀਆਂ ਭੈਣਾਂ ਦੀਆਂ ਝੋਲੀਆਂ ਭਰਦੇ, ਔਰ ਮੈਂ ਗਰੰਟੀ ਦੇ ਨਾਲ ਕਹਿੰਦੀ ਹਾਂ ਮੇਰੇ ਕੋਲ 100 ਵਿੱਚੋਂ 100 ਜਿੰਨੇ ਵੀ ਕੇਸ ਆਏ ਆ, ਅਗਰ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਪੋਜ਼ਿਟਿਵਿਟੀ ਦੇ ਨਾਲ ਡਾਇਟ ਨੂੰ ਫੋਲੋ ਕੀਤਾ, ਚਾਹੇ ਉਹਨਾਂ ਦੀ ਸਕਿਨ ਸੀਗੀ, ਚਾਹੇ ਉਹਨਾਂ ਦੇ ਫੇਸ਼ੀਅਲ ਹੇਅਰ ਸੀਗੇ, ਚਾਹੇ ਉਹਨਾਂ ਨੂੰ ਬ੍ਰੇਨ ਟਿਊਮਰ ਸੀਗਾ, ਬ੍ਰੇਨ ਟਿਊਮਰ 'ਤੇ ਬੜੀ ਮਿਹਨਤ ਲੱਗਦੀ ਹੈ, ਦਿਮਾਗ ਵਿੱਚ ਗੱਠਾਂ ਬਣ ਜਾਂਦੀਆਂ, ਉਹਨਾਂ ਦੀਆਂ ਡਾਇਟਾਂ ਬਣਦੀਆਂ, ਜਾਂ ਬੜਾ ਕੁਛ ਹੁੰਦਾ ਯਾਰ, ਇਹ ਇੱਕ ਨਾ ਇੱਕ ਸਾਨੂੰ ਦੇਖਣ ਨੂੰ ਲੱਗ ਰਿਹਾ, ਸਾਨੂੰ ਦੇਖਣ ਨੂੰ ਲੱਗ ਰਿਹਾ ਕਿ ਇਹ, ਬਟ ਇਹਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ, ਜੇ ਅਸੀਂ ਇਹਦਾ ਧਿਆਨ ਨਹੀਂ ਨਾ ਰੱਖਦੇ, ਇੱਥੋਂ ਹੀ ਕੈਂਸਰ ਸ਼ੁਰੂ ਹੁੰਦਾ। ਅਗਰ ਕਿਸੇ ਕੁੜੀ ਦਾ ਫੇਸ ਖਰਾਬ ਹੋ ਰਿਹਾ ਤੇ ਉਹਦੇ ਯੂਟਰਸ 'ਚ ਪ੍ਰੋਬਲਮ ਹੈ, ਅਗਰ ਕਿਸੇ ਕੁੜੀ ਦਾ ਫੇਸ ਠੀਕ ਹੈ ਦੈਟ ਮੀਨਸ ਉਹਦਾ ਯੂਟਰਸ ਹੈਲਦੀ ਹੈ। ਮੈਂ ਤੁਹਾਨੂੰ ਦੱਸਦੀ ਹਾਂ ਇੱਕ ਅਨਹੈਲਦੀ ਯੂਟਰਸ ਦੀਆਂ ਕੀ ਨਿਸ਼ਾਨੇ ਆ, ਤੁਸੀਂ ਆਪਣੇ ਆਪ ਜੱਜ ਕਰ ਲਓਗੇ ਕਿ ਤੁਹਾਡਾ ਯੂਟਰਸ ਹੈਲਦੀ ਹੈ ਜਾਂ ਅਨਹੈਲਦੀ ਹੈ। ਅਗਰ ਤੁਹਾਨੂੰ ਬਹੁਤ ਜ਼ਿਆਦਾ ਵਾਈਟ ਡਿਸਚਾਰਜ ਹੋ ਰਿਹਾ, ਅਗਰ ਤੁਹਾਨੂੰ ਐਬਡੋਮਿਨ 'ਚ ਲੋਅਰ ਐਬਡੋਮਿਨ 'ਚ ਹਮੇਸ਼ਾ ਪੇਨ ਰਹਿੰਦਾ, ਅਗਰ ਤੁਹਾਡੇ ਲੋਅਰ ਬੈਕ ਵਿੱਚ ਪੇਨ ਰਹਿੰਦਾ, ਤੁਹਾਨੂੰ ਬਾਰ ਬਾਰ ਮਿਸਕੈਰੇਜਿਸ ਹੋ ਰਹੇ ਆ, ਬੇਬੀ ਕੰਸੀਵ ਨਹੀਂ ਹੋ ਰਿਹਾ, ਐਂਡ ਗੱਠਾਂ ਬਣਦੀਆਂ ਪਈਆਂ, ਬੜੀ ਜ਼ਿਆਦਾ ਮੂਡ ਸਵਿੰਗ ਹੁੰਦੇ ਆ, ਗੁੱਸਾ ਚੜ੍ਹਦਾ, ਚਿੜਚਿੜਾਪਨ ਹੋ ਜਾਂਦਾ, ਤਾਂ ਡੈਫੀਨੇਟਲੀ ਤੁਹਾਡਾ ਜਿਹੜਾ ਯੂਟਰਸ ਹੈ ਅਨਹੈਲਦੀ। ਅਗਰ ਤੁਸੀਂ ਜਾਣਦੇ ਹੋ ਵੀ ਮੇਰਾ ਯੂਟਰਸ ਹੈਲਦੀ ਰਹੇ, ਤਾਂ ਪਲੀਜ਼ ਆ ਕੁਛ ਚੀਜ਼ਾਂ ਤੁਸੀਂ ਆਪਣੇ ਯੂਟਰਸ ਲਈ ਐਡ ਕਰ ਸਕਦੇ ਹੋ, ਟਾਈਮ ਹੁੰਦਾ ਜਾ ਰਿਹਾ। ਨਟਸ ਲੈਣੇ ਆ, ਸੀਡਸ ਲੈਣੇ ਆ, ਲੀਫੀ ਗ੍ਰੀਨ ਵੈਜਿਸ ਲੈਣੇ ਆ, ਜਿੰਨਾ ਹੋ ਸਕੇ ਫਰੈਸ਼ ਫਰੂਟ ਲੈਣਾ, ਫਰੈਸ਼ ਸਬਜ਼ੀਆਂ ਨੂੰ ਆਪਣੀ ਡਾਇਟ ਵਿੱਚ ਐਡ ਕਰੋ, ਐਂਡ ਲੈਮਨ ਲਓ, ਔਰੇਂਜ ਲਓ, ਕ੍ਰੈਨਬੈਰੀ ਲਓ, ਆਵੋਕਾਡੋ ਨੂੰ ਐਡ ਕਰੋ ਆਪਣੀ ਡਾਇਟ ਵਿੱਚ, ਸਪੀਨਚ, ਪਾਲਕ ਜ਼ਰੂਰ ਬਣਾਇਆ ਕਰੋ ਆਪਣੇ ਹਫ਼ਤੇ 'ਚ ਇੱਕ ਵਾਰੀ ਪਾਲਕ ਬਣਾਇਆ ਕਰੋ, ਜ਼ਿਆਦਾ ਨਾ ਖਾਇਆ ਕਰੋ ਕਿਉਂਕਿ ਉਹਦੇ ਨਾਲ ਪੱਥਰੀ ਹੋਣ ਦਾ ਵੀ ਡਰ ਹੁੰਦਾ। ਬੈਲੈਂਸ ਡਾਇਟ ਨੂੰ ਲਓ, ਪ੍ਰੋਟੀਨ ਜ਼ਰੂਰ ਲੈਣਾ ਹਮੇਸ਼ਾ। ਮੈਂ ਕਹਿੰਦੀ ਹੁੰਦੀ ਹਾਂ ਜਿਹੜੀਆਂ ਭੈਣਾਂ ਕੰਸੀਵ ਕਰਨਾ ਚਾਹੁੰਦੀਆਂ ਜਾਂ PCOD PCOS ਐਗ ਕੁਆਲਿਟੀ ਨੂੰ ਆਪਾਂ ਵਧੀਆ ਕਰ ਸਕਦੇ ਹਾਂ, ਬਿਲਕੁਲ। ਹੁਣ ਮੰਨ ਲਓ ਕਿਸੇ ਦੇ AMH ਲੈਵਲ ਬਹੁਤ ਜ਼ਿਆਦਾ ਘੱਟ ਜਾਂਦਾ, ਐਗਜ਼ ਨਹੀਂ ਬਣ ਰਹੇ, ਐਗ ਦੀ ਕੁਆਲਿਟੀ ਬਹੁਤ ਘੱਟ ਹੈ, ਹੁਣ ਅਸੀਂ ਇਹਨੂੰ ਕਿੱਦਾਂ ਅੱਛਾ ਕਰਾਂਗੇ? ਦਿਸ ਇਜ਼ ਫੋਲੀਕਲਸ ਯਾਰ, ਅਸੀਂ ਚੀਜ਼ਾਂ ਐਡ ਕਰਾਂਗੇ। ਖੁਸ਼ ਰਹਿਣਾ, ਯੋਗਾ ਕਰਨਾ, ਸਾਰੀ ਦੁਨੀਆਂ ਨੂੰ ਛੱਡ ਦਿਓ। ਅਗਰ ਤੁਸੀਂ ਚਾਹੁੰਦੇ ਹੋ ਕਿ ਮੇਰਾ ਬੇਬੀ ਹੋਵੇ ਔਰ ਹੈਲਦੀ ਬੇਬੀ ਹੋਵੇ, ਲੀਵ ਐਵਰੀਵਨ, ਜਸਟ ਥੋੜ੍ਹੀ ਦੇਰ ਲਈ ਆਪਣੇ ਉੱਤੇ ਫੋਕਸ ਕਰੋ। ਕਈ ਵਾਰੀ ਕੀ ਹੁੰਦਾ ਨਾ, ਅਸੀਂ ਘਰਾਂ ਦੀ ਟੈਨਸ਼ਨਾਂ ਦੇ ਵਿੱਚ, ਇੱਕ ਔਰਤ ਨੂੰ ਪਤਾ ਕਿਹੜੀ ਚੀਜ਼ ਮਾਰਦੀ ਹੈ? ਟੈਨਸ਼ਨ ਮਾਰਦੀ। ਕੋਈ ਵੀ ਦੁਨੀਆਂ 'ਚ ਔਰਤ ਹੈ, ਜਦੋਂ ਅਸੀਂ ਟੈਨਸ਼ਨ ਲੈਂਦੇ ਨਾ, ਸਾਡਾ ਜਿਹੜਾ ਪਿਟਿਊਟਰੀ ਗਲੈਂਡ ਹੈ ਉਹ ਗਲਤ ਹਾਰਮੋਨਸ ਰਿਲੀਜ਼ ਕਰਨੇ ਸ਼ੁਰੂ ਕਰ ਦਿੰਦਾ, ਗਲਤ ਹਾਰਮੋਨ ਰਿਲੀਜ਼ ਕਰਦਾ, ਸਾਡੇ ਹਾਰਮੋਨ ਇੰਬੈਲੈਂਸ ਹੋਣੇ ਸ਼ੁਰੂ ਹੁੰਦੇ, ਪ੍ਰੋਲੈਕਟਿਨ ਜ਼ਿਆਦਾ ਹੋਣਾ ਸ਼ੁਰੂ ਹੋ ਜਾਂਦਾ। ਮੇਰੇ ਕੋਲ ਰੋਜ਼ ਰਿਪੋਰਟਸ ਆਉਂਦੀਆਂ ਸਿਸਟਮ ਦੇ ਉੱਤੇ, ਮੈਂ ਦੇਖਦੀ ਹੁੰਦੀ ਹਾਂ, 24 ਸਾਲਾਂ ਦੀਆਂ ਕੁੜੀਆਂ ਫੋਲੀਕਲਸ ਹੀ ਨਹੀਂ ਬਣ ਰਹੇ, ਹੈਗਸ ਹੀ ਨਹੀਂ ਹੈ, AMH ਨਹੀਂ ਹੈ, 21 ਸਾਲ ਦੀ ਕੁੜੀ ਦਾ AMH ਨਹੀਂ ਹੈ, ਤੁਸੀਂ ਦੱਸੋ ਫਿਰ 34 ਸਾਲ ਦੀ ਏਜ ਵਿੱਚ ਕਿਵੇਂ ਤੁਹਾਨੂੰ ਮੈਨੋਪੌਜ਼ ਨਹੀਂ ਹੋਏਗਾ? ਅੱਜ ਵੂਮੈਨ ਡੇ ਹੈ, ਮੈਂ ਹਰ ਲਾਈਫ ਦੇ ਵਿੱਚ ਆ ਕੇ ਕਹਿੰਦੀ ਹੁੰਦੀ ਹਾਂ, ਕੁਛ ਵੀ ਟਰਾਈ ਕੀਤਾ, ਬੜਾ ਕੁਛ ਟਰਾਈ ਕੀਤਾ, ਇੱਕ ਵਾਰੀ ਆਪਣੇ ਆਪ ਨੂੰ ਖੁਸ਼ ਰੱਖੋ, ਸਵੇਰੇ ਉੱਠ ਕੇ ਪਾਠ ਕਰੋ, ਵਾਕ 'ਤੇ ਜਾਓ, ਰੈਗੂਲਰ ਐਕਸਰਸਾਈਜ਼ ਕਰੋ, ਯੋਗਾ ਕਰੋ, ਸਟ੍ਰੈਚਿੰਗ ਕਰੋ, ਇਸ ਪਾਰਟ ਨੂੰ ਸਟ੍ਰੈਚ ਕਰੋ, ਆਪਣੇ ਯੂਟਰਸ ਨੂੰ ਹੈਲਦੀ ਰੱਖੋ, ਫਰੂਟਸ ਐਡ ਕਰੋ, ਵੈਜਿਸ ਐਡ ਕਰੋ, ਸਭ ਕੁਛ ਅੱਛਾ ਹੋ ਜਾਏਗਾ ਤੁਹਾਡੀ ਜ਼ਿੰਦਗੀ ਦੇ ਵਿੱਚ। ਅਗਰ ਤੁਸੀਂ ਫਾਈਬਰਟ ਨੂੰ ਸ਼੍ਰਿੰਕ ਕਰਨਾ, ਐਪਲ ਐਡ ਕਰੋ, ਬਨਾਨਾ ਐਡ ਕਰੋ, ਗੁਆਵਾ ਐਡ ਕਰੋ, ਮੈਂਗੋ ਐਡ ਕਰ ਸਕਦੇ ਹੋ, ਐਂਡ ਸਪਿਨਚ, ਲੈਟਸ, ਸਕੇਲ, ਹਰੀਆਂ ਸਬਜ਼ੀਆਂ ਜ਼ਿਆਦਾ ਤੋਂ ਜ਼ਿਆਦਾ ਐਡ ਕਰੋ, ਔਰੇਂਜ ਲੈ ਸਕਦੇ ਹੋ, ਪੋਮੋਗ੍ਰੈਨੇਟ ਲੈ ਸਕਦੇ ਹੋ, ਬੈਰੀਜ, ਬਲੂਬੈਰੀ, ਰਸਬੈਰੀ, ਕ੍ਰੈਨਬੈਰੀ। ਹਾਂਜੀ ਗੁਰਪ੍ਰੀਤ, ਹਾਂਜੀ ਪਲੀਜ਼ ਦੱਸੋ, ਹਾਫ ਹੈਡ ਪੇਨ ਹੁੰਦਾ, ਤੁਹਾਨੂੰ ਕੋਈ ਟੈਨਸ਼ਨ ਹੋਏਗੀ, ਸਟ੍ਰੈਸ ਲੈ ਰਹੇ ਹੋਵੋਗੇ, ਤੁਸੀਂ ਕੋਈ ਡੇਅਰੀ ਪ੍ਰੋਡਕਟ ਲੈ ਸਕਦੇ ਹੋ ਜਿਹਦੇ ਵਿੱਚ ਮਿਲਕ ਹੁੰਦਾ, ਲੋ ਫੈਟ ਮਿਲਕ ਲੈ ਸਕਦੇ ਹੋ, ਲੋ ਫੈਟ ਤੁਸੀਂ, ਹਾਂਜੀ ਗੁਰਪ੍ਰੀਤ ਗਿੱਲ, ਦੱਸੋ ਤੁਸੀਂ, ਡੀਅਰ, ਸੁਣ ਲਾ ਨਹੀਂ ਹੁੰਦਾ, ਸੁਣ ਲੋ ਹੁੰਦਾ। ਹਾਂਜੀ, ਸੋ ਉਹਦੇ 'ਚ ਕੈਲਸ਼ੀਅਮ ਹੁੰਦਾ, ਵਿਟਾਮਿਨ ਡੀ ਹੁੰਦਾ, ਇਹ ਸਾਰੀਆਂ ਚੀਜ਼ਾਂ, ਕ੍ਰੈਨਬੈਰੀ ਜੂਸ, ਹਾਂਜੀ ਕ੍ਰੈਨਬੈਰੀ ਫਰੂਟਸ ਵੀ ਲੈ ਸਕਦੇ ਹੋ। ਥੈਂਕ ਯੂ ਸੋ ਮਚ। ਸੋ ਕੁਛ ਹੋਰ, ਜਦੋਂ ਸਾਡੇ ਹਾਰਮੋਨ ਕਦੋਂ ਇੰਬੈਲੈਂਸ ਹੁੰਦੇ ਆ, ਐਂਡ ਫਾਈਬਰੋਇਡਸ, ਜਿਹੜਾ ਮੈਂ ਤੁਹਾਨੂੰ ਦੱਸਿਆ, ਆਹ ਫਾਈਬਰੋਇਡ ਜਿਹੜੇ ਆਹ ਜਿਹੜੇ ਹੈ ਨਾ, ਫਾਈਬਰੋਇਡਸ ਕਦੋਂ ਹੁੰਦੇ ਆ, ਜਦੋਂ ਸਾਡਾ ਓਵਰਵੇਟ ਹੋ ਜਾਂਦਾ, ਸਡਨ ਓਵਰਵੇਟ ਹੋ ਜਾਂਦਾ। ਹਿਸਟਰੀ ਆਫ ਫਾਈਬਰੋਇਡਸ, ਫੈਮਿਲੀ ਵਿੱਚ ਕਿਸੇ ਨੂੰ ਫਾਈਬਰੋਇਡ ਹੋਵੇ, ਤੁਹਾਡੇ ਮੰਮਾ ਨੂੰ ਫਾਈਬਰੋਇਡ ਹੋਵੇ, ਤਾਂ ਤੁਹਾਨੂੰ ਹੋਣ ਦੇ ਚਾਂਸਿਸ ਹੁੰਦੇ ਆ। ਕਨਿਕਾ ਨੂੰ ਕਿਉਂ ਹੋਇਆ? ਕਿਉਂਕਿ ਕਨਿਕਾ ਦੇ ਮੰਮਾ ਨੂੰ ਸੀਗਾ, ਕਨਿਕਾ ਦੀ ਸਿਸਟਰ ਨੂੰ ਹੈ, ਕਨਿਕਾ ਨੂੰ ਹੈ। ਪੇਰੈਂਟਸ ਤੋਂ ਵੀ ਸਾਨੂੰ ਕੋਈ ਪ੍ਰੋਬਲਮਸ ਆਉਂਦੀਆਂ, ਐਂਡ ਬੱਚੇ ਨਹੀਂ ਹੋ ਰਹੇ ਤੁਹਾਡੇ, ਬਹੁਤ ਜ਼ਿਆਦਾ ਟਰਾਈ ਕਰ ਰਹੇ, ਬੇਬੀ ਨਹੀਂ ਹੋ ਰਹੇ, ਤਾਂ ਵੀ ਸਾਨੂੰ ਫਾਈਬਰੋਇਡਸ ਹੋ ਜਾਂਦਾ ਹੈ। ਪੀਰੀਅਡਸ, ਯੰਗ ਏਜ ਵਿੱਚ ਪੀਰੀਅਡਸ ਆ ਜਾਂਦੇ ਆ, ਐਂਡ ਸਮ ਟਾਈਮ ਲੇਟਰ ਏਜ 'ਚ ਸਾਨੂੰ ਮੈਨੋਪੌਜ਼ ਹੁੰਦਾ, ਤਾਂ ਵੀ ਹੋ ਜਾਂਦੇ ਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਹੈਪੀ ਵੂਮਨ ਡੇ ਸਾਰਿਆਂ ਨੂੰ ਜੀ।
ਵਾਈ ਡਿਸਚਾਰਜ ਲਈ ਪਲੀਜ਼ ਆਪਣੇ ਆਪ ਨੂੰ ਕਲੀਨ ਰੱਖਿਆ ਕਰੋ ਐਂਡ ਸੋਪ ਨਹੀਂ ਲਗਾਉਣਾ ਕਦੇ ਵੀ ਉਸ ਪਾਰਟ 'ਤੇ, ਮਾਈਲਡ ਵਾਸ਼ ਲੈ ਲਿਆ ਕਰੋ ਐਂਡ ਕੋਸ਼ਿਸ਼ ਕਰਿਆ ਕਰੋ ਵਰਜਿਨ ਕੋਕੋਨਟ ਆਇਲ ਜਾਂ ਫਿਰ ਕੋਕੋਨਟ ਆਇਲ ਦੇ ਨਾਲ ਦਿਨ ਵਿੱਚ ਇੱਕ ਵਾਰੀ ਤੁਸੀਂ ਉਹਨੂੰ ਜ਼ਰੂਰ ਕਲੀਨ ਕਰਿਆ ਕਰੋ ਇਸ ਪਾਰਟ ਨੂੰ। ਹਾਂ, ਤੁਸੀਂ ਸਮਝ ਰਹੇ ਹੋਗੇ ਸਾਰੇ ਜਾਣੇ, ਵਰਜਿਨ ਕੋਕੋਨਟ, ਕਿਉਂਕਿ ਵਰਜਿਨ ਕੋਕੋਨਟ ਆਇਲ ਜਿਹੜਾ ਹੁੰਦਾ ਉਹ ਹਮੇਸ਼ਾ ਫੀਮੇਲ ਲਈ ਅੱਛਾ ਹੁੰਦਾ। ਐਂਡ ਮੈਂ ਹਮੇਸ਼ਾ ਬੜੇ, ਦੇਖੋ ਹਰ ਬੰਦਾ ਆਪਣਾ ਬਿਜ਼ਨਸ ਚਲਾ ਰਿਹਾ, ਬਹੁਤ ਸਾਰੇ ਪ੍ਰੋਡਕਟ ਹੈ, ਬਹੁਤ ਸਾਰੀਆਂ ਚੀਜ਼ਾਂ, ਬਟ ਤੁਸੀਂ ਯਾਦ ਰੱਖਿਓ ਇੱਕ ਗੱਲ, ਹਮੇਸ਼ਾ ਤੁਸੀਂ ਆਪਣੇ ਆਪ ਨਾਲ ਵੀ, ਸਾਰੀਆਂ ਪੜ੍ਹੀਆਂ ਲਿਖੀਆਂ ਭੈਣਾਂ, ਇੱਕ ਕੈਪਸੂਲ ਹੈ, ਇੱਕ ਗੋਲੀ ਹੈ ਅਤੇ ਇੱਕ ਫਰੂਟ ਹੈ, ਨੈਚੁਰਲ ਚੀਜ਼। ਮੈਂ ਹਮੇਸ਼ਾ ਨੈਚੁਰਲ ਚੀਜ਼ ਖਾਵਾਂਗੀ ਇਹਨੂੰ ਖਾਣ ਨਾਲ, ਕਿਉਂਕਿ ਇਹ ਲੇਟ ਅਸਰ ਕਰੇਗੀ, ਕਰੇਗੀ ਨਹੀਂ ਕਰੇਗੀ, ਬਟ ਇਹ 100% ਅਸਰ ਕਰੇਗਾ। ਜਿਹੜੀ ਚੀਜ਼ ਖੇਤਾਂ ਵਿੱਚੋਂ ਨਿਕਲਦੀ ਪਈ, ਔਰਗੈਨਿਕ ਚੀਜ਼ ਹੈ, ਜ਼ਮੀਨ ਵਿੱਚੋਂ ਨਿਕਲ ਰਹੀ ਹੈ, ਜਦੋਂ ਉਹ ਡਾਇਰੈਕਟ ਸਾਡੇ ਸਟਮਕ 'ਚ ਜਾਏਗੀ, ਡਾਇਰੈਕਟ ਉਸ ਪਾਰਟ 'ਤੇ ਜਾਏਗੀ, ਉਸ ਪਾਰਟ ਨੂੰ ਠੀਕ ਕਰੇਗੀ। ਐਂਡ PCOD, PCOS 100% ਡਾਇਟ ਦੇ ਨਾਲ ਮੈਂ ਕਿਓਰ ਕੀਤੇ ਹੈ, ਐਂਡੋਮੈਟ੍ਰੋਸਿਸ ਕਿਓਰ ਕੀਤਾ, ਇਰੈਗੂਲਰ ਪੀਰੀਅਡ ਕਿਓਰ ਕੀਤੇ ਹੈ, ਐਂਡ ਦੈਨ ਚਾਹੇ ਓਵੇਰੀਅਨ ਸਿਸਟਮ, ਫਾਈਬਰੋਇਡਸ ਹੈ, ਆਪਣੇ ਸਿਰਫ ਹਾਰਮੋਨਸ ਨੂੰ ਤੁਸੀਂ ਬੈਲੈਂਸ ਕਰਨਾ, ਪ੍ਰੋਜੈਸਟਰੋਨ ਐਂਡ ਐਸਟ੍ਰੋਜਨ। ਸੋ ਕਿਸੇ ਹੋਰ ਭੈਣ ਦਾ ਕੋਈ ਵੀ ਸਵਾਲ ਇਰੈਗੂਲਰ ਪੀਰੀਅਡ ਨੂੰ ਲੈ ਕੇ, ਫੇਸ਼ੀਅਲ ਹੇਅਰ ਨੂੰ ਲੈ ਕੇ, ਕਿਸੇ ਵੀ ਚੀਜ਼ ਨੂੰ ਲੈ ਕੇ, ਫੇਸ਼ੀਅਲ ਹੇਅਰ ਉਦੋਂ ਹੀ ਹੋਏਗਾ ਜਦੋਂ ਇੱਥੋਂ ਦੀ ਇੰਬੈਲੈਂਸ ਚੀਜ਼ਾਂ ਹੋਣਗੀਆਂ। ਇਹਨੂੰ ਬੈਲੈਂਸ ਕਰ ਲਓ, ਇਹਨੂੰ ਹੈਲਦੀ ਕਰ ਲਓ, ਕਦੇ ਤੁਹਾਡੀ ਸਕਿਨ ਖਰਾਬ ਨਹੀਂ ਹੋਏਗੀ। ਮੈਂ ਕਹਿੰਦੀ ਹਾਂ ਫੇਸ 'ਤੇ ਕੁਛ ਲਾਉਣ ਦੀ ਲੋੜ ਨਹੀਂ ਪਏਗੀ ਸਵਾਏ ਸਨਸਕ੍ਰੀਨ ਦੇ। ਸਨਸਕ੍ਰੀਨ ਲਗਾਉਣੀ ਹੈ, ਮੈਂ ਸਿਰਫ ਸਨਸਕ੍ਰੀਨ ਲਗਾਈ ਹੈ, ਕੁਛ ਨਹੀਂ ਫੇਸ 'ਤੇ ਲਾਇਆ ਹੋਇਆ, ਨਾ ਮੈਂ ਮੇਕਅਪ ਕੀਤਾ ਹੋਇਆ, ਚੀਕਸ ਦੇ ਉੱਪਰ ਫੈਟ ਹੈ। ਰਨਿੰਗ ਕਰੋ, ਹਰ ਮੰਥ ਚੇਂਜ ਹੁੰਦੀ ਹੈ। ਜਸਪ੍ਰੀਤ, ਕਿੰਨੇ ਦਿਨ ਪਹਿਲਾਂ ਜਾਂ ਕਿੰਨੇ ਦਿਨ ਬਾਅਦ 'ਚ ਆ ਜਾਂਦੀ ਹੈ? ਲੈਗ ਪੇਨ ਬਾਰੇ ਦੱਸੋ, ਲੈਗਸ ਲਗਾਓ, ਲੈਗਸ ਵੀਕ ਹੈ ਤੁਹਾਡੀਆਂ, ਵਾਸ਼ਰੂਮ ਜਾਣਾ ਪੈਂਦਾ ਹੈ। ਸੰਦੀਪ, ਕਿੰਨੀ ਵਾਰੀ ਵਾਸ਼ਰੂਮ ਜਾਂਦੇ ਹੋ? ਸ਼ਾਮੀ 6 ਵਜੇ ਤੋਂ ਬਾਅਦ ਪਾਣੀ ਇਨਟੇਕ ਘੱਟ ਕਰ ਦਿਉ, ਜ਼ਿਆਦਾ ਨਟਸ ਖਾਣ ਨਾਲ ਵਾਈਟ ਡਿਸਚਾਰਜ ਹੁੰਦਾ ਹੈ। ਭਿਓ ਕੇ ਲਿਆ ਕਰੋ ਗੁਰਹਰ, ਭਿਓ ਕੇ ਲਿਆ ਕਰੋ, ਸੋਫਟ ਕਰਕੇ ਲਿਆ ਕਰੋ। ਮੈਮ ਪਿਗਮੈਂਟੇਸ਼ਨ ਸਿਮਰਨ, ਮੈਂ ਹੁਣੇ ਦੱਸੀ ਹੈ, ਯੂਟਰਸ ਨੂੰ ਹੈਲਦੀ ਕਰੋ, ਕਦੇ ਵੀ ਪਿਗਮੈਂਟੇਸ਼ਨ ਨਹੀਂ ਹੋਏਗੀ। ਮੈਨੂੰ ਦੇਖਿਆ ਕਦੇ ਮੇਕਅਪ ਦੇ ਵਿੱਚ, ਤੁਹਾਡੇ ਸਾਹਮਣੇ ਆਈ ਹੋਵਾਂ, ਸ਼ੂਟਿੰਗ ਦੇ ਵਿੱਚ ਗਈ ਤਾਂ ਗਈ, ਅਲੱਗ ਗੱਲ ਹੈ, ਤੁਹਾਡੇ ਸਾਹਮਣੇ ਆਈ ਹੈ, ਲੋੜ ਨਹੀਂ ਪੈਂਦੀ, ਲੋੜ ਪੈਣੀ ਨਹੀਂ ਚਾਹੀਦੀ। ਇੱਕ ਕੁੜੀ ਦੀ ਜਿਹੜੀ ਖੂਬਸੂਰਤੀ ਹੁੰਦੀ ਹੈ ਉਹਦੇ ਅੰਦਰ ਹੁੰਦੀ ਹੈ, 10-12 ਦਿਨ ਲੇਟ ਆਉਂਦੇ ਹੈ, ਨਹੀਂ ਹੋਣੇ ਚਾਹੀਦੇ। ਪਿਗਮੈਂਟੇਸ਼ਨ ਕੇ ਲੀਏ ਆਪਣਾ ਵਿਟਾਮਿਨ ਡੀ ਅੱਛਾ ਕਰੋ, ਵਿਟਾਮਿਨ ਸੀ ਅੱਛਾ ਕਰੋ, ਮੈਂ ਵੀ ਬੋਲਾ ਤੋ ਹੈ। ਤੁਸੀਂ ਸਾਰੇ ਨੈਚੁਰਲ ਬਿਊਟੀ ਉੱਪਰ ਆਪਣੀ ਬਿਊਟੀ ਨੂੰ ਤੁਸੀਂ ਮੇਕਅਪ ਕਰ ਕਰਕੇ ਗਲਤ ਚੀਜ਼ਾਂ ਖਾ ਖਾ ਕੇ ਹਾਈਡ ਕਰਦੇ। ਸਨਸਕ੍ਰੀਨ ਜਲਦੀ ਦੱਸਾਂਗੀ ਮੈਂ ਤੁਹਾਨੂੰ। ਯੂਰਿਨ ਵਾਰ ਵਾਰ ਆਉਂਦਾ, ਪਾਸ ਹੁੰਦਾ, ਬਹੁਤ ਜ਼ਿਆਦਾ ਪਾਸ ਹੁੰਦਾ। ਪਾਣੀ ਕਿੰਨਾ ਲੈਂਦੇ ਹੋ ਮਨਪ੍ਰੀਤ ਤੁਸੀਂ? ਮੇਰੀ ਬੈਕ ਪੇਨ ਹੈ, ਫੇਸ਼ੀਅਲ ਹੇਅਰ ਹੈ ਬਹੁਤ ਜ਼ਿਆਦਾ, ਮੈਂ ਤੁਹਾਨੂੰ ਹੁਣੇ ਕਹਿ ਕੇ ਹਟੀ ਹਾਂ, ਫਾਈਬਰੋਇਡਸ ਦੀਆਂ ਨਿਸ਼ਾਨੀਆਂ, ਫਾਈਬਰੋਇਡਸ ਜਾਂ ਸਿਸਟ ਦੀਆਂ ਨਿਸ਼ਾਨੀਆਂ, ਚੈੱਕ ਕਰਾ ਕੇ ਦੇਖ ਲਓ, ਜਾਂ ਵੇਟ ਜ਼ਿਆਦਾ ਹੋਏਗਾ। ਰਿੰਕਲਸ ਨਹੀਂ ਪੈਣੇ ਚਾਹੀਦੇ। ਕਿਉਂ ਰਿੰਕਲਸ ਪੈ ਰਹੇ ਨੇ ਯੰਗ ਏਜ ਦੇ ਵਿੱਚ? ਔਰੇਂਜ ਖਾਓ, ਰੋਜ਼ ਲਾਈਕ ਔਰੇਂਜ ਖਾਓ, ਗਾਜਰਾਂ ਖਾਓ। ਵੇਟ ਗੇਨ ਦੇ ਲਈ ਫੈਟ ਜ਼ਿਆਦਾ ਲਓ, ਵਰਕਆਊਟ ਘੱਟ ਕਰੋ, ਵੀਟ ਫਲੋਰ ਪੀਸਰੀਅਲ ਬਿਲਕੁਲ ਨਹੀਂ। ਮੈਂ ਆਟਾ ਨਹੀਂ ਖਾਂਦੀ, ਨਾ ਮੈਂ ਆਟਾ ਕਿਸੇ ਕਲਾਇੰਟ ਨੂੰ ਦਿੰਦੀ ਹਾਂ। ਮੈਂ ਵੀਟ ਵਾਲਾ ਆਟਾ ਅੱਜ ਤੱਕ ਕਿਸੇ ਵੀ ਭੈਣ ਨੂੰ ਨਹੀਂ ਦਿੱਤਾ। ਕੋਈ ਜ਼ਿੱਦ ਵੀ ਕਰਦਾ ਤਾਂ ਮੈਂ ਕਹਿੰਦੀ ਹਾਂ ਆਪਣੇ ਰਿਸਕ 'ਤੇ ਖਾ ਲਓ, ਮੈਂ ਕਦੇ ਵੀ ਆਟਾ ਨਹੀਂ ਦਿੰਦੀ, ਵੀਟ ਵਾਲਾ ਆਟਾ ਨਹੀਂ ਖਾਣਾ। ਅਗਰ ਤੁਸੀਂ ਚਾਹੁੰਦੇ ਹੋ ਹਮੇਸ਼ਾ ਫਿੱਟ ਰਹਿਣਾ, ਜਿੱਦਣ ਦੀ ਮੈਂ ਚੰਡੀਗੜ੍ਹ ਆਈ ਹੋਈ ਹਾਂ ਰਾਤੀ, ਤਾਂ ਮੈਂ 6 ਵਜੇ ਤੋਂ ਬਾਅਦ ਮੈਂ ਖਾਂਦੀ ਨਹੀਂ। ਐਂਡ ਕੁਛ ਵੀ ਹੋ ਜਾਵੇ, ਕਿੰਨੀ ਵੀ ਭੁੱਖ ਲੱਗੀ ਹੋਵੇ, ਮੈਂ ਨਹੀਂ ਖਾਂਦੀ 6 ਵਜੇ ਤੋਂ ਬਾਅਦ। ਮੈਂ ਬਹੁਤ ਰੇਅਰ ਖਾਂਦੀ ਹਾਂ, ਐਂਡ ਮੇਰੀ ਜੋ ਡਾਇਟ ਹੈ ਜੋ ਰੰਧਾਵਾ ਨੇ ਮੈਨੂੰ ਦਿੱਤੀ ਹੋਈ ਹੈ ਉਹੀ ਫੋਲੋ ਕਰਦੀ ਹਾਂ, ਅਦਰਵਾਈਜ਼ ਮੈਂ ਕੁਛ ਨਹੀਂ ਖਾਂਦੀ। ਐਂਡ ਦਿਨੇ ਵੀ ਮੈਂ ਮੱਕੀ ਦੀ ਰੋਟੀ ਖਾਂਦੀ ਹਾਂ, ਦੂਜਾ ਆਟਾ ਖਾਂਦੀ ਹਾਂ, ਮੈਂ ਗੇਹੂੰ ਦਾ ਆਟਾ ਸਵੇਰੇ ਵੀ ਸਾਡੇ ਘਰੇ ਬੰਦ ਹੈ, ਸਾਰੇ ਖਾਂਦੇ, ਬਟ ਮੈਂ ਨਹੀਂ ਖਾਂਦੀ। ਮੈਂ ਆਪਣਾ ਫਰੂਟਸ ਜੋ ਮੇਰੀ ਡਾਇਟ ਹੈ ਮੈਂ ਉਹੀ ਖਾਣੀ ਹੈ। ਦੂਜੀ ਚੀਜ਼, ਮੈਂ ਭੁੱਖੀ ਰਹਿ ਲਾਂਗੀ 3 ਘੰਟੇ, 4 ਘੰਟੇ, 6 ਘੰਟੇ, 10 ਘੰਟੇ, ਬਟ ਨਹੀਂ ਖਾਂਦੀ। ਬੇਬੀ ਨਹੀਂ ਕੰਸੀਵ ਹੋ ਰਿਹਾ। ਅਮਨ, ਆਪਣੇ ਚੈੱਕਅਪ ਕਰਾਓ, ਮੈਨੂੰ ਰਿਪੋਰਟ ਭੇਜੋ, ਦੇਖਦੇ ਹਾਂ ਕਿੱਥੇ ਪ੍ਰੋਬਲਮ ਹੈ। ਬਿਲਕੁਲ ਕੰਸੀਵ ਹੋ ਜਾਏਗਾ, ਬਿਲਕੁਲ। PCOD की प्रॉब्लम ठीक करने के लिए तो मैंने बताया कि ये है आपकी PCOD की प्रॉब्लम, PCOS, इसके लिए मैं रील भी बनाऊंगी, छोटी छोटी रील्स बनाऊंगी, इसको ठीक करना है। एबनॉर्मल ओवरी को नॉर्मल ओवरी करो, PCOD बिल्कुल ठीक हो जाएगा। हाँ जी, ले लो अलीशा, ले लो डियर, सनस्क्रीन दस दो डियर। परसन टू परसन होंगे, कोई भी 50+ तुसी ले सकते हो। ड्राई स्किन के लिए बदाम रोगन ऑयल लगाओ। हाँ जी रिंकू जी, किवें मना रहे हो वूमेन डे? ਸੋਲਿਊਸ਼ਨ 1 ਮੰਥ ਵਿੱਚ ਬਾਰ ਬਾਰ ਪੀਰੀਅਡ ਆਉਂਦੇ ਆ, 1 ਮੰਥ ਵਿੱਚ ਕਿੰਨੀ ਵਾਰੀ ਪੀਰੀਅਡ ਆਉਂਦੇ ਆ? ਸਿੰਘ ਕੌਰ, ਤੁਹਾਨੂੰ ਮੈਮ ਤੁਹਾਡੇ ਨਾਲ ਗੱਲ
ਹੋਈ ਸੀ ਓਕੇ ਹਾਂਜੀ ਸੋ ਕਿਹੜੀ ਮੇਰੀ ਭੈਣ ਲਾਈਵ ਆਉਣਾ ਚਾਹੁੰਦੀ ਹੈ ਸੋ ਮੈਨੂੰ ਸੀਗਾ ਇੱਕ ਭੈਣ ਨੂੰ ਆਪਾਂ ਲਾਈਵ ਲਈਏ ਕਦੇ ਤਾਂ ਕਹਿ ਕੇ ਗਈ ਸੀਗੀ ਮੈਨੂੰ ਕਿੱਥੇ ਚਲੇ ਗਏ ਸੋ ਕੋਈ ਮੇਰੀ ਭੈਣ ਜਿਹਨੂੰ ਪੀਸੀਓਡੀ ਦੀ ਪ੍ਰੋਬਲਮ ਹੈ ਜਾਂ ਫਿਰ ਇਰੈਗੂਲਰ ਪੀਰੀਅਡਸ ਹੈ ਮੈਨੂੰ ਦੱਸੋ ਆਪਾਂ ਦੋ ਮਿੰਟ ਲਈ ਉਹਨਾਂ ਨੂੰ ਲਾਈਵ ਲੈਂਦੇ ਹਾਂ ਐਕਨੇ ਸਪੌਟਸ ਵਰਜਿਨ ਕੋਕੋਨਟ ਆਇਲ ਲਗਾਓ ਬਿਲਕੁਲ ਨੈਚੁਰਲ ਡਾਇਟ ਵਿਲ ਕਿਓਰ ਵੇਟ ਲੋਸ ਲਈ ਵਾਕ ਕਰੋ ਰਨਿੰਗ ਕਰੋ ਅੱਛੀ ਡਾਇਟ ਕਰੋ ਕ੍ਰਿਸ਼ਨਾ ਭਗਤੀ ਕਹਾਂ ਸੇ ਹੋ ਆਪ ਕ੍ਰਿਸ਼ਨਾ ਭਗਤੀ ਕਹਾਂ ਸੇ ਹੋ ਆਪ ਬੋਆਏ ਹੋ ਕਿ ਗਰਲ ਹੋ ਓਇਲੀ ਸਕਿਨ ਦੇ ਲਈ ਤੁਸੀਂ ਫਿਰ ਐਲੋਵੇਰਾ ਲਗਾ ਸੋ ਬਾਕੀ ਮੇਰੀਆਂ ਜਿੰਨੀਆਂ ਭੈਣਾਂ ਹਾਲੇ ਉੱਠੀਆਂ ਨਹੀਂ ਹੈ ਔਰ ਜਿਹਨਾਂ ਨੇ ਪੈਕੇਜ ਲਿੱਤੇ ਹੈ ਸਭ ਦੀ ਡਾਇਟ ਬਣ ਰਹੀ ਹੈ ਥੋੜ੍ਹਾ ਜਿਹਾ ਸਬਰ ਰੱਖਿਓ ਥੋੜ੍ਹਾ ਜਿਹਾ ਪਿੱਛੇ ਇੱਕ ਹਫ਼ਤਾ ਮੈਂ ਬਿਮਾਰ ਹੋ ਗਈ ਸੀਗੀ ਐਂਡ ਉਹਦੇ ਕਰਕੇ ਥੋੜ੍ਹਾ ਸਲੋ ਹੋ ਗਿਆ ਬਾਕੀ ਸਭ ਦੀਆਂ ਡਾਇਟਸ ਬਣਦੀਆਂ ਪਈਆਂ ਸਭ ਦੀਆਂ ਡਾਇਟਸ ਮਿਲ ਜਾਣਗੀਆਂ 12 ਤਰੀਕ ਨੂੰ 13 ਤਰੀਕ ਨੂੰ 15 ਤਰੀਕ ਨੂੰ ਸਲੋ ਸਲੋ ਸਭ ਦੀਆਂ ਡਾਇਟਸ ਮਿਲ ਜਾਣਗੀਆਂ ਔਰ ਜਿਹਨਾਂ ਦੀਆਂ ਚੇਂਜ ਨਹੀਂ ਹੋਈਆਂ ਉਹਨਾਂ ਦੀਆਂ ਵੀ ਚੇਂਜ ਹੋ ਜਾਣਗੀਆਂ ਸੋ ਹਾਂਜੀ ਕ੍ਰਿਸ਼ਨਾ ਭਗਤੀ ਮੈਨੂੰ ਰਿਕੁਐਸਟ ਭੇਜੋ ਐਂਡ ਕਹਾਂ ਸੇ ਬਾਤ ਕਰ ਰਹੇ ਹਾਂ ਪਹਿਲੇ ਤੋਂ ਬਤਾਈਏ ਤੁਹਾਨੂੰ ਸਾਰਿਆਂ ਨੂੰ ਵੀ ਟਰੱਕ ਭਰ ਕੇ ਲਵ ਯੂ ਬਹੁਤ ਸਾਰਾ ਪਿਆਰ ਮੇਕਅਪ ਨਾ ਕਰਿਆ ਕਰੋ ਫਰੂਟ ਖਾਇਆ ਕਰੋ ਔਰੇਂਜਸ ਐਡ ਕਰੋ ਗ੍ਰੇਪ ਫਰੂਟ ਐਡ ਕਰੋ ਆਵੋਕਾਡੋ ਐਡ ਕਰੋ ਦਿਨ 'ਚ ਮੈਂ ਸਵੇਰੇ ਆਵੋਕਾਡੋ ਖਾਂਦੀ ਹਾਂ ਬੋਂਬੇ ਵੀ ਮੈਂ ਖਾਂਦੀ ਹੁੰਦੀ ਸੀਗੀ ਐਂਡ ਇੱਥੇ ਵੀ ਮੈਂ ਐਡ ਕੀਤਾ ਹੋਇਆ ਔਰੇਂਜ ਖਾਂਦੀ ਹਾਂ ਮੋਰਨਿੰਗ ਇਜ਼ ਜਸਟ ਬ੍ਰੇਕਫਾਸਟ ਮੇਰੇ ਫਰੂਟਸ ਹੁੰਦੇ ਹੈ ਲੰਚ ਮੈਂ ਅੱਛਾ ਕਰਦੀ ਹਾਂ ਆਟੇ ਵਾਲੀ ਰੋਟੀ ਮੈਂ ਨਹੀਂ ਖਾਂਦੀ ਹਾਂ ਬਾਕੀ ਸਭ ਕੁਛ ਫੈਟ ਖਾਂਦੀ ਹਾਂ ਮੈਂ ਲੰਚ ਦੇ ਵਿੱਚ ਬਟ ਆਫਟਰ 6 o'clock ਆਈ ਡੋਂਟ ਈਟ ਐਨੀਥਿੰਗ ਆਈ ਜਸਟ ਟੇਕ ਲਿਟਲ ਬਿਟ ਜੋ ਮੇਰੇ ਮੀਲਸ ਹੁੰਦੇ ਆ ਲੈ ਕੇ ਐਂਡ ਆਈ ਸਲੀਪ ਬਾਏ 9 o'clock ਐਂਡ ਅਗੇਨ ਮੋਰਨਿੰਗ ਮੇਰਾ ਹੁੰਦਾ ਹੈ ਐਂਡ ਥੋੜ੍ਹਾ ਜਿਹਾ ਠੰਡ ਕਰਕੇ ਮੈਂ ਆਪਣੇ ਆਪ ਨੂੰ ਬਚਾ ਰੱਖਿਆ ਹੋਇਆ ਕਿਉਂਕਿ ਮੈਨੂੰ ਠੰਡ ਬੜੀ ਜ਼ਿਆਦਾ ਲੱਗਦੀ ਔਰ ਬਾਹਰ ਜਾਣ ਦੇ ਨਾਲ ਜ਼ਿਆਦਾ ਹੀ ਲੱਗ ਜਾਂਦੀ ਹੈ ਲਵ ਯੂ ਜੀ ਲਵ ਯੂ ਲਵ ਯੂ ਸਾਰਿਆਂ ਨੂੰ ਐਂਡ ਮੈਂ ਸੱਚੀ ਮੈਂ ਤਹਿ ਦਿਲੋਂ ਤੁਹਾਨੂੰ ਸਾਰਿਆਂ ਨੂੰ ਸ਼ੁਕਰੀਆ ਅਦਾ ਕਰਦੀ ਹਾਂ ਚਾਹੇ ਯੂਟਿਊਬ ਹੈ ਚਾਹੇ ਇੰਸਟਾਗ੍ਰਾਮ ਹੈ ਜਿੰਨਾ ਪਿਆਰ ਤੁਸੀਂ ਮੈਨੂੰ ਕਰਦੇ ਹੋ ਅਤੇ ਵਿਸ਼ਵਾਸ ਕਰਦੇ ਹੋ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ ਨਾ ਹੁਣ ਪਿਛਲੇ 10 ਦਿਨਾਂ ਦੇ ਵਿੱਚ ਮੈਂ ਨਵੇਂ ਭੈਣਾਂ ਨੂੰ ਉਹਨਾਂ ਦੇ ਹਸਬੈਂਡ ਨਾਲ ਮੇਰੀ ਗੱਲ ਹੋਈ ਹੈ ਅਤੇ ਸੱਚੀ ਮੈਂ ਕਈ ਵਾਰੀ ਮੇਰਾ ਮਨ ਭਰਿਆ ਆਉਂਦਾ ਵੀ ਇੰਨਾ ਜ਼ਿਆਦਾ ਵਿਸ਼ਵਾਸ ਜਦੋਂ ਤੁਸੀਂ ਮੇਰੇ ਕੋਲ ਆਉਂਦੇ ਹੋ ਔਰ ਮੈਂ ਕਹਿੰਦੀ ਹਾਂ ਕਿ ਓਕੇ ਮੈਂ ਟਰਾਈ ਕਰਦੀ ਹਾਂ ਕਿ ਆਪਾਂ ਕਰ ਸਕਦੇ ਹਾਂ ਕਿ ਨਹੀਂ ਅਤੇ ਤੁਸੀਂ ਮੈਨੂੰ ਕਹਿੰਦੇ ਹੋ ਕਿ ਨਹੀਂ ਗੁਰਲੀਨ ਮੈਮ ਤੁਸੀਂ ਹੀ ਸਾਨੂੰ ਠੀਕ ਕਰਨਾ ਅਸੀਂ ਤੁਹਾਡੇ ਕੋਲ ਆਏ ਹਾਂ ਤੁਸੀਂ ਦੱਸੋ ਕੀ ਕਰਨਾ ਅਸੀਂ ਸਭ ਕੁਛ ਕਰਨ ਨੂੰ ਤਿਆਰ ਹਾਂ ਬਸ ਸਾਨੂੰ ਆਪਣੀ ਡਾਇਟ ਨਾਲ ਠੀਕ ਕਰ ਦਿਓ ਮੇਰੇ ਕੋਲ ਨਾ ਮੇਰਾ ਅੰਦਰੋਂ ਇੱਕਦਮ ਕੰਬ ਜਾਂਦਾ ਕਿ ਮਤਲਬ ਇੰਨਾ ਟਰੱਸਟ ਇੰਨਾ ਵਿਸ਼ਵਾਸ ਐਂਡ ਮੈਂ ਪ੍ਰੋਮਿਸ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਜੋ ਵੀ ਮੇਰੇ ਇਸ ਲਾਈਵ ਨੂੰ ਦੇਖਦੇ ਹੈ ਜਿੰਨੀਆਂ ਵੀ ਭੈਣਾਂ ਨੇ ਮੇਰੇ ਭਰਾਵਾਂ ਨੇ ਮੇਰੇ ਤੋਂ ਡਾਇਟ ਪੈਕੇਜ ਲਿੱਤੇ ਆ ਮੈਂ 100% ਕੋਸ਼ਿਸ਼ ਕਰਾਂਗੀ ਤੁਹਾਡੀਆਂ ਸਾਰੀਆਂ ਪ੍ਰੋਬਲਮਸ ਨੂੰ ਜੜ੍ਹ ਤੋਂ ਖਤਮ ਕਰਾਂਗੀ ਬਾਬਾ ਜੀ ਦਾ ਮਿਹਰ ਭਰਿਆ ਹੱਥ ਰਵੇ ਸਾਡੇ 'ਤੇ ਔਰ ਮੈਂ ਬਹੁਤ ਮਿਹਨਤ ਕਰਦੀ ਹਾਂ ਬੜੀ ਮਿਹਨਤ ਨਾਲ ਡਾਇਟ ਬਣਦੀ ਹੈ ਕਿੰਨੇ ਕਿੰਨੇ ਘੰਟੇ ਮੈਂ ਸੋਫੇ 'ਤੇ ਬੈਠੀ ਲਿਖਦੀ ਰਹਿੰਦੀ ਹਾਂ ਪੜ੍ਹਦੀ ਰਹਿੰਦੀ ਹਾਂ ਲਿਖਦੀ ਰਹਿੰਦੀ ਹਾਂ ਪੜ੍ਹਦੀ ਰਹਿੰਦੀ ਹਾਂ ਮੈਂ ਟਾਈਮ ਨਹੀਂ ਦੇਖਦੀ ਮੈਂ ਸ਼ਕਲ ਨਹੀਂ ਦੇਖਦੀ ਤੁਸੀਂ ਦੇਖਦੇ ਹੋ ਮੈਂ ਸਟੋਰੀਆਂ ਵੀ ਬਣਾਉਂਦੀ ਹਾਂ ਮੇਰੇ ਵਾਲ ਕਿੱਧਰ ਜਾ ਰਹੇ ਹੁੰਦੇ ਸ਼ਕਲ ਕਿੱਧਰ ਜਾ ਰਹੀ ਹੁੰਦੀ ਹੈ ਮੈਨੂੰ ਦਿਨ ਦੁਨੀਆਂ ਦੀ ਖਬਰ ਨਹੀਂ ਹੁੰਦੀ ਬਟ ਮੈਨੂੰ ਜਿਵੇਂ ਕਨਿਕਾ ਨੇ ਦੱਸਿਆ ਕਿ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਪਾਠ ਕਰਦੀ ਹਾਂ ਡਾਇਟ ਦੇ ਇਨ ਬਿਟਵੀਨ ਵੀ ਮੇਰਾ ਪਾਠ ਚੱਲਦਾ ਰਹਿੰਦਾ ਬ੍ਰਹਮ ਕਵਚ ਦਾ ਪਾਠ 24 ਘੰਟੇ ਮੇਰੇ ਲੈਪਟਾਪ 'ਚ ਚੱਲਦਾ ਰਹਿੰਦਾ ਮੈਂ ਨਾਲ ਨਾਲ ਪੜ੍ਹਦੀ ਰਹਿੰਦੀ ਹਾਂ ਚੀਜ਼ਾਂ ਐਡ ਕਰਦੀ ਹਾਂ ਮੈਂ ਸੱਚੇ ਪਾਤਸ਼ਾਹ ਨੂੰ ਹੀ ਅਰਦਾਸ ਕਰਦੀ ਹਾਂ ਬਾਬਾ ਜੀ ਇਸ ਡਾਇਟ ਦੇ ਨਾਲ ਤੁਸੀਂ ਉਹਨਾਂ ਨੂੰ ਠੀਕ ਕਰਨਾ ਚਾਹੇ ਕੋਈ ਥਾਇਰੋਇਡ ਦੀ ਪ੍ਰੋਬਲਮ ਲੈ ਕੇ ਆ ਰਿਹਾ ਚਾਹੇ ਟਿਊਮਰ ਦੀ ਲੈ ਕੇ ਆ ਰਿਹਾ ਚਾਹੇ ਕੋਈ ਕੈਂਸਰ ਦੀ ਲੈ ਕੇ ਆ ਰਿਹਾ ਚਾਹੇ ਕੋਈ ਯੂਟਰਸ ਦੀ ਲੈ ਕੇ ਆ ਰਿਹਾ ਚਾਹੇ ਹਾਰਮੋਨ ਇੰਬੈਲੈਂਸ ਪੀਸੀਓਡੀ ਕੋਈ ਵੀ ਪ੍ਰੋਬਲਮ ਮੇਰੇ ਤੱਕ ਆਉਂਦੀ ਹੈ ਬਾਬਾ ਜੀ ਤੁਸੀਂ ਇਹਨਾਂ ਨੂੰ ਠੀਕ ਕਰਨਾ ਔਰ ਮੇਰੀ ਇੱਜ਼ਤ ਰੱਖਣੀ ਹੈ ਔਰ ਬਾਬਾ ਜੀ ਨੇ ਇੱਜ਼ਤ ਰੱਖੀ ਇੰਨਾ ਪਿਆਰ ਮਤਲਬ ਮੈਨੂੰ ਫਿਲਮਾਂ 'ਚ ਵੀ ਨਹੀਂ ਇੰਨਾ ਮਿਲਿਆ ਜਿੰਨਾ ਤੁਸੀਂ ਮੈਨੂੰ ਦੇ ਰਹੇ ਹੋ ਵਿਸ਼ਵਾਸ ਕਰ ਰਹੇ ਹੋ ਮੇਰੇ 'ਤੇ ਔਰ ਮੈਂ ਡੈਫੀਨੇਟਲੀ ਆਈ ਪ੍ਰੋਮਿਸ ਐਵਰੀਵਨ ਕਿ ਮੈਂ ਇਹੋ ਜਿਹੀ ਡਾਇਟ ਬਣਾ ਕੇ ਦੇਵਾਂਗੀ ਕਿ ਤੁਹਾਨੂੰ ਪਹਿਲੇ 15 ਦਿਨਾਂ ਦੇ ਵਿੱਚ ਹੀ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਵੱਡੀ ਤੋਂ ਵੱਡੀ ਪ੍ਰੋਬਲਮ ਵੀ ਕਿਉਂ ਨਾ ਆਵੇ ਕਿਉਂਕਿ ਜਿਹਦੇ ਨਾਲ ਸੱਚੇ ਪਾਤਸ਼ਾਹ ਪਰਮਾਤਮਾ ਹੁੰਦਾ ਹੈ ਉਹਦੇ ਕੋਈ ਵੀ ਕੰਮ ਨਹੀਂ ਰੋਕ ਸਕਦਾ ਐਂਡ ਪਿਛਲੇ 10-15 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਡਾਇਟ ਨੂੰ ਲੈ ਕੇ ਮਤਲਬ ਅਨਐਕਸਪੈਕਟਿਡ ਸਾਲ ਦਾ ਅੱਜ 8 ਮਾਰਚ ਹੋ ਗਈ ਹੈ ਅਤੇ ਜਿਹੜੇ 15 ਕੁ ਦਿਨ ਪਿੱਛੇ ਨਿਕਲੇ ਹੈ ਨਾ ਬੈਸਟ ਦਿਨ ਨਿਕਲੇ ਹੈ ਮੇਰੇ ਮਤਲਬ ਜਿੰਨਾ ਵਿਸ਼ਵਾਸ ਇੱਕ ਡਾਇਟ ਨੂੰ ਲੈ ਕੇ ਸੋ ਮੇਰੀ ਇੱਕ ਡਿਊਟੀ ਬਣ ਜਾਂਦੀ ਕਿ ਮੈਂ ਹੁਣ ਹੋਰ ਪੜ੍ਹਾਂ ਹੁਣ ਮੈਂ ਹੋਰ ਸਟੱਡੀ ਕਰਾਂ ਹੁਣ ਮੈਂ ਹੋਰ ਅੱਛੀਆਂ ਚੀਜ਼ਾਂ ਕੱਢਾਂ ਕਿ ਨਹੀਂ ਯੈਸ ਜੀ ਕਰਦਾ ਫਿਰ ਬਸ ਇਹੀ ਵਿਸ਼ਵਾਸ ਬਣਾ ਕੇ ਰੱਖਿਓ ਔਰ ਮੈਨੂੰ ਕੁਛ ਨਹੀਂ ਚਾਹੀਦਾ ਬੜੀ ਮਿਹਨਤ ਲੱਗਦੀ ਇੱਕ ਡਾਇਟ ਲਈ ਉਸ ਡਾਇਟ ਨੂੰ ਦਿਲ ਤੋਂ ਫੋਲੋ ਕਰਿਓ ਵਿਸ਼ਵਾਸ ਰੱਖਿਓ ਸਾਰੀਆਂ ਪ੍ਰੋਬਲਮਸ ਠੀਕ ਹੋ ਜਾਣਗੀਆਂ ਸਾਰੀਆਂ ਹੀ ਪ੍ਰੋਬਲਮਸ ਸਿਰ ਤੋਂ ਲੈ ਕੇ ਪੈਰ ਤੱਕ ਕਿਉਂਕਿ ਡਾਇਟ ਇੱਕ ਐਸੀ ਚੀਜ਼ ਹੈ ਜਿਹਨੂੰ ਅਸੀਂ ਖਾਵਾਂਗੇ ਅਤੇ ਸਦਾ ਹੀ ਜਵਾਨ ਰਹਾਂਗੇ ਕਦੇ ਕੋਈ ਰੋਗ ਨਹੀਂ ਲੱਗੇਗਾ ਕਿਉਂਕਿ ਸਾਡੇ ਬਜ਼ੁਰਗ ਵੀ ਉਹੀ ਖਾਂਦੇ ਸੀਗੇ ਜ਼ਮੀਨ ਵਿੱਚੋਂ ਨਿਕਲੀਆਂ ਔਰਗੈਨਿਕ ਚੀਜ਼ਾਂ ਹੀ ਮੈਂ ਤੁਹਾਨੂੰ ਦਿੰਦੀ ਹਾਂ ਜਿਵੇਂ ਜਿਵੇਂ ਤੁਸੀਂ ਖਾਓਗੇ ਉਹ ਕਮੀਆਂ ਸਾਡੇ ਅੰਦਰ ਆ ਗਈਆਂ ਅਸੀਂ ਗਲਤ ਚੀਜ਼ਾਂ ਖਾ ਲਈਆਂ ਪੈਸਟੀਸਾਈਡ ਵਾਲੇ ਫੂਡ ਖਾ ਲਏ ਜਿੱਦਾਂ ਹੀ ਅਸੀਂ ਉਹ ਚੀਜ਼ਾਂ ਨੂੰ ਵਾਸ਼ ਆਊਟ ਕਰਾਂਗੇ ਦਵਾਈਆਂ ਨੂੰ ਚੱਕ ਕੇ ਪਰੇ ਸਿੱਟਾਂਗੇ
ਨੈਚੁਰਲ ਡਾਇਟ ਖਾਵਾਂਗੇ, ਕਿਵੇਂ ਨਹੀਂ ਠੀਕ ਹੋਵਾਂਗੇ, ਕਿਵੇਂ ਨਹੀਂ ਜਵਾਨ ਹੋਵਾਂਗੇ. ਸੋ ਲਵ ਯੂ ਆਲ, ਥੈਂਕ ਯੂ ਸੋ ਮੱਚ. ਇੱਦਾਂ ਹੀ ਵਿਸ਼ਵਾਸ ਬਣਾ ਕੇ ਰੱਖਿਓ. ਫਿਰ ਵੀ ਕਿਸੇ ਦਾ ਕੋਈ ਮੈਸੇਜ ਰਹਿ ਗਿਆ ਹੋਵੇ, ਵੀਡੀਓ ਦੇ ਨੀਚੇ ਲਿਖ ਦਿਓ, ਜ਼ਰੂਰ ਰਿਪਲਾਈ ਕਰਾਂਗੇ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ. ਸਤਿ ਸ਼੍ਰੀ ਅਕਾਲ ਜੀ.